ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਸ ਗੱਲ ਨੂੰ ਅੱਜ ਅਮਲੀਜਾਮਾ ਅਪਣਾਇਆ ਜਾ ਰਿਹਾ ਹੈ ਨਿਊਯਾਰਕ ਦੀ ਧਰਤੀ ਦੇ ਉੱਤੇ, ਜਿੱਥੇ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੇ ਵਿੱਚ ਇਹ ਗੱਤਕਾ ਟੀਮ ਜਿਹੜੀ ਹੈ, ਇਹ ਵਿਦਿਆਰਥੀ ਜਿਹੜੇ ਕਿ 2 ਦਿਨ ਦਾ ਕੈਂਪ ਲਾ ਰਹੇ ਸੀਗੇ, ਅੱਜ ਇਹ ਕੈਂਪ ਆਪਣੇ ਆਖਰੀ ਸਮੇਂ ਦੇ ਵਿੱਚ ਆ, ਜਿੱਥੇ ਹੁਣ ਅੱਜ ਵਿਦਿਆਰਥੀਆਂ ਵੱਲੋਂ ਗੱਤਕਾ ਖੇਡ ਕੇ ਵਿਰਾਸਤ ਨੂੰ ਕਾਇਮ ਰੱਖਣ ਦੀ ਗੱਲ ਅੱਜ ਇੱਥੇ ਕਹੀ ਜਾ ਰਹੀ ਹੈ। ਔਰ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਨਾਲ ਇੱਥੇ ਮੌਜੂਦ ਹਰ ਇੱਕ ਵਿਦਿਆਰਥੀ, ਭਾਵੇਂ ਉਹ ਕਿੰਨੀ ਵੀ ਉਮਰ ਦਾ ਹੋਵੇ, ਤੁਸੀਂ ਵੇਖ ਸਕਦੇ ਹੋ ਇਹ 5 ਸਾਲ ਤੋਂ ਲੈ ਕੇ 50 ਸਾਲ ਤੱਕ ਇੱਥੇ ਹਰ ਕੋਈ ਗੱਤਕਾ ਖੇਡਦਾ ਹੋਇਆ ਨਜ਼ਰ ਆ ਰਿਹਾ। ਖਾਸ ਗੱਲ ਅੱਜ ਦੇ ਇਸ ਮੁਕਾਬਲੇ ਦੇ ਵਿੱਚ ਹੈ, ਜੋ ਗੁਰੂ ਸਾਹਿਬ ਸਾਨੂੰ ਦੇ ਗਏ ਸੀਗੇ ਵਿਰਾਸਤ ਦੇ ਵਿੱਚ, ਅੱਜ ਇਸ ਧਰਤੀ ਦੇ ਉੱਤੇ ਉਹਨਾਂ ਦੀ ਸਾਰੀ ਗੱਲਾਂ ਨੂੰ ਯਾਦ ਰੱਖਿਆ ਜਾਂਦਾ ਹੈ, ਬੱਚਿਆਂ ਨੂੰ ਸਿਖਾਇਆ ਜਾਂਦਾ ਹੈ, ਵਿਦਿਆਰਥੀਆਂ ਨੂੰ ਪਾਠ ਪੜ੍ਹਾਇਆ ਜਾਂਦਾ ਹੈ ਕਿ ਆਖਿਰਕਾਰ ਸਾਨੂੰ ਵਿਰਾਸਤ ਦੇ ਵਿੱਚ ਕੀ ਕੁਝ ਮਿਲਿਆ। ਉਸੇ ਗੱਲ ਨੂੰ ਅੱਜ ਅਮਲੀਜਾਮਾ ਪਹਿਨਾਉਂਦੇ ਹੋਏ ਇਸ ਗੱਤਕਾ ਖੇਡ ਮੁਕਾਬਲੇ ਦੇ ਵਿੱਚ ਜੋ ਮੇਨ ਇਹਦੇ ਔਰਗਨਾਈਜ਼ਰ ਹਨ ਦਲੇਰ ਸਿੰਘ, ਉਹ ਵੀ ਮੇਰੇ ਨਾਲ ਮੌਜੂਦ ਨੇ। ਜਾਣਨ ਦੀ ਕੋਸ਼ਿਸ਼ ਕਰਦੇ ਦਲੇਰ ਸਿੰਘ ਜੀ ਤੋਂ ਕਿ ਕਿੰਨੇ ਲੰਬੇ ਸਮੇਂ ਤੋਂ ਇਹ ਪ੍ਰੈਕਟਿਸ ਚੱਲਦੀ ਹੋਈ ਆ ਰਹੀ ਹੈ। ਦਲੇਰ ਜੀ, ਕਿੰਨੇ ਲੰਬੇ ਸਮੇਂ ਤੋਂ ਪ੍ਰੈਕਟਿਸ ਚੱਲਦੀ ਹੋਈ ਆ ਰਹੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਘੱਟੋ ਘੱਟ 6 ਸਾਲ ਹੋ ਗਏ ਨੇ ਸਾਨੂੰ ਇਸ ਵਿੱਚ ਕੰਮ ਵਿੱਚ ਪਿਆ ਨੂੰ, ਔਰ ਬੜਾ ਆਨੰਦ ਆਉਂਦਾ ਹੈ ਜਦੋਂ ਅਸੀਂ ਗੁਰੂ ਦੀ ਦਿੱਤੀ ਹੋਈ ਦਾਤ ਨੂੰ ਅਸੀਂ ਐਰਪੋਰਟ ਆਪਣੀ ਝੋਲੀ 'ਚ ਪਾਇਆ, ਔਰ ਅਸੀਂ ਉਹ ਬੱਚਿਆਂ 'ਚ ਵੰਡ ਰਹੇ ਹਾਂ। ਬੱਚੇ ਦੇਖੋ ਸਾਡੇ ਕੋਲ ਕਿੰਨੇ ਬੱਚੇ ਨੇ ਜਿਹੜੇ ਇਸ ਪਾਸੇ ਜੁੜੇ ਨੇ। ਅੱਜ ਅਸੀਂ ਛੋਟੇ ਸਾਹਿਬਜ਼ਾਦੇ ਅਤੇ ਵੱਡੇ ਸਾਹਿਬਜ਼ਾਦਿਆਂ ਦੇ ਜਿਹੜੇ ਸ਼ਹੀਦੀ ਦਿਹਾੜੇ ਨੇ ਉਹਨਾਂ ਨੂੰ ਸਮਰਪਿਤ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ ਗੱਤਕਾ ਖੇਡ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਮੈਂ ਧੰਨਵਾਦ ਕਰਦਾ ਖਾਸ ਕਰਕੇ ਜਸ ਪੰਜਾਬੀ ਵਾਲਿਆਂ ਦਾ ਜਿਹੜੇ ਸਾਡਾ ਪ੍ਰੋਗਰਾਮ ਸੰਗਤਾਂ ਤੱਕ ਪਹੁੰਚਾਉਂਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੋਟੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਅੱਜ ਯਾਦ ਰੱਖਿਆ ਜਾ ਰਿਹਾ ਹੈ। ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੇ ਮੁੱਖ ਗ੍ਰੰਥੀ, ਹੈੱਡ ਗ੍ਰੰਥੀ ਇਸ ਟਾਈਮ ਮੇਰੇ ਨਾਲ ਮੌਜੂਦ ਨੇ ਭਾਈ ਸਾਹਿਬ ਭਾਈ ਗਿਆਨੀ ਜਸਪਾਲ ਸਿੰਘ ਜੀ। ਜਾਣਨ ਦੀ ਕੋਸ਼ਿਸ਼ ਕਰਦੇ ਕਿ ਗਿਆਨੀ ਜੀ ਕੀ ਕੁਝ ਸੁਨੇਹਾ ਸੰਗਤ ਨੂੰ ਦੇਣਾ ਚਾਹੁੰਦੇ ਹਨ। ਗਿਆਨੀ ਜੀ, ਕੀ ਕੁਝ ਸੁਨੇਹਾ ਦੇਣਾ ਚਾਹੋਗੇ ਸੰਗਤ ਨੂੰ ਅੱਜ? ਅੱਜ ਬੜੀ ਖੁਸ਼ੀ ਹੋ ਰਹੀ ਹੈ, ਗੁਰੂ ਗੋਬਿੰਦ ਸਿੰਘ ਦੇ ਛੋਟੇ ਛੋਟੇ ਲਾਲ ਗੱਤਕੇ ਦੇ ਜੋਹਰ ਵਿਖਾ ਰਹੇ ਨੇ। ਗੱਤਕਾ ਸਾਡਾ ਮਾਰਸ਼ਲ ਆਰਟ ਹੈ ਅਤੇ ਇਹਦੇ ਨਾਲ ਫਿਜ਼ੀਕਲੀ ਤੌਰ 'ਤੇ ਬੱਚੇ ਬਲਵਾਨ ਹੋਣਗੇ, ਸਿੱਖੀ ਦਾ ਪਿਆਰ ਜਾਗੇਗਾ ਅਤੇ ਇਹਦੇ ਨਾਲ ਨਾਲ ਜਿਹੜਾ ਹੈ ਨਸ਼ਿਆਂ ਤੋਂ ਬਚਣਗੇ। ਅੱਜ ਜਿਹੜਾ ਗੁਰੂ ਡੰਭ ਪਤਤ ਕੁਣਾ ਅਤੇ ਨਸ਼ਿਆਂ ਦਾ ਪ੍ਰਭਾਰ ਹੈ, ਬੱਚਿਆਂ ਨੂੰ ਜੋ ਉਸ ਪਾਸੇ ਮੋੜਨਾ ਹੋਵੇ ਅਤੇ ਖੇਡਾਂ ਵਾਲੇ ਪਾਸੇ ਲਾਉਣਾ ਪਏਗਾ। ਗੱਤਕੇ ਦੇ ਜੋਹਰ ਵਿਖਾਏ ਜਾ ਰਹੇ ਨੇ। ਮੈਂ ਸਮੁੱਚੀ ਕੌਮ ਨੂੰ ਬੇਨਤੀ ਕਰਾਂਗਾ, ਸਾਰੇ ਗੁਰਦੁਆਰਿਆਂ ਵਿੱਚ ਇਹੋ ਜਿਹੇ ਉਪਰਾਲੇ ਕਰੋ। ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਇਹ ਕੱਲ੍ਹ ਦਾ ਭਵਿੱਖ ਹੈ, ਇਹਨਾਂ ਨੇ ਇੱਕ ਵਧੀਆ ਭਵਿੱਖ ਸਿਰਜਣਾ, ਇਸ ਲਈ ਇਹਨਾਂ ਨੂੰ ਅੱਜ ਹੀ ਚੰਗੇ ਬਣਾਓ। ਗੱਤਕੇ ਸਿਖਾਓ, ਗੁਰਬਾਣੀ ਸਿਖਾਓ, ਕੀਰਤਨ ਸਿਖਾਓ, ਗੁਰੂ ਦੇ ਲੜ ਲਾਓ, ਅੰਮ੍ਰਿਤਧਾਰੀ ਬਣਾਓ, ਤਾਂ ਕਿ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਹੈ ਉਹ ਚੜ੍ਹਦੀ ਕਲਾ ਵਾਲਾ ਹੋਵੇ। ਮੈਂ ਸਮੁੱਚੀ ਕੌਮ ਨੂੰ ਬੇਨਤੀ ਕਰਾਂਗਾ, ਅੱਜ ਛੋਟੇ ਸਾਹਿਬਜ਼ਾਦਿਆਂ ਦਾ, ਵੱਡੇ ਸਾਹਿਬਜ਼ਾਦਿਆਂ ਦਾ, ਮਾਤਾ ਗੁਜਰ ਕੌਰ ਜੀ ਦਾ ਅਤੇ ਚਮਕੌਰ ਦੀ ਗੜੀ ਵਿੱਚ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ। ਤੋ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਜਿਨ੍ਹਾਂ ਨੇ ਬਹੁਤ ਵੱਡੀ ਕੁਰਬਾਨੀ ਦੇ ਕੇ ਸਾਡੀ ਕੌਮ ਨੂੰ ਸਦਾ ਲਈ ਅਮਰ ਕਰ ਦਿੱਤਾ। ਜਦੋਂ ਤੱਕ ਸੂਰਜ, ਚੰਦਰਮਾ, ਤਾਰੇ ਅਸਮਾਨ 'ਤੇ ਰਹਿਣਗੇ, ਇਹ ਸਾਹਿਬਜ਼ਾਦਿਆਂ ਨੂੰ ਦੁਨੀਆ ਯਾਦ ਕਰਦੀ ਰਹੇਗੀ। ਕੋਟਾਨ ਕੋਟ ਪ੍ਰਣਾਮ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਕਿੰਨੇ ਹੀ ਸਾਲ ਹੋ ਗਏ ਹੋਣ, ਅਸੀਂ ਗੱਲ ਕਰਦੇ ਹਾਂ ਕਈ ਅਜਿਹੇ ਮੁੱਦਿਆਂ ਦੀ, ਅਜਿਹੇ ਮਸਲਿਆਂ ਦੀ ਜਿਨ੍ਹਾਂ ਦੇ ਉੱਤੇ ਅਸੀਂ ਪੈਰਾ ਵੀ ਦਿੰਦੇ ਹਾਂ, ਔਰ ਕਈ ਜਥੇਬੰਦੀਆਂ ਹਨ ਜੋ ਇਸ ਗੱਲ ਨੂੰ ਅਮਲੀ ਜਾਮਾ ਵੀ ਪਹਿਨਾਉਂਦੀਆਂ ਹਨ। ਲੇਕਿਨ ਅੱਜ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਨਿਊਯਾਰਕ ਦੀ ਇਸ ਧਰਤੀ ਦੇ ਹੋਵੇ, ਇਸ ਸਾਰੀ ਗੱਲਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਅੱਜ ਇੱਕ ਮੁਹਿੰਮ ਜਸ ਪੰਜਾਬੀ ਨੇ ਤੁਹਾਡੇ ਸਾਹਮਣੇ ਲੈ ਕੇ ਆਉਂਦੀ ਹੈ।
ਉਹ ਮੁਹਿੰਮ ਹੈਗੀ ਹੈ ਕਿ ਕਿਸ ਤਰੀਕੇ ਨਾਲ ਜੋ ਸਾਡੀ ਵਿਰਾਸਤ ਸੀਗੀ ਉਹਨੂੰ ਸਾਂਭ ਕੇ ਰੱਖਿਆ ਜਾ ਸਕੇ। ਅੱਜ ਕਿਹੜੀ ਕਿਹੜੀ ਗੱਲਾਂ ਦੀ ਲੋੜ ਹੈਗੀ ਹੈ ਜੋ ਬੱਚਿਆਂ ਨੂੰ ਸਿਖਾਈ ਜਾ ਸਕੇ। ਛੋਟੇ ਸਾਹਿਬਜ਼ਾਦੇ ਉਹਨਾਂ ਦੀ ਲਸਾਨੀ ਸ਼ਹਾਦਤ ਨੂੰ ਅੱਜ ਸਿੱਖ ਕੌਮ ਯਾਦ ਕਰ ਰਹੀ ਹੈ। ਅੱਜ ਉਹ ਯਾਦ ਕਰ ਰਹੀ ਹੈ ਉਹਨਾਂ ਦੀ ਬਹਾਦਰੀ ਨੂੰ ਜੋ ਉਹਨਾਂ ਨੇ ਗੱਜ ਕੇ ਵਜ਼ੀਰ ਖਾਨ ਦੇ ਸਾਹਮਣੇ ਕਿਹਾ ਸੀਗਾ ਕਿ ਅਸੀਂ ਜੋ ਮਰਜ਼ੀ ਤੁਸੀਂ ਸਾਨੂੰ ਤਸ਼ੱਦਦ ਕਰ ਦਿਓ ਲੇਕਿਨ ਅਸੀਂ ਆਪਣਾ ਸਰ ਨਹੀਂ ਝੁਕਾਵਾਂਗੇ। ਅਸੀਂ ਉਸ ਗੁਰੂ ਪਿਤਾ ਦੇ ਪੁੱਤ ਹਾਂ ਜਿਹੜੇ ਕਹਿ ਦਿੰਦੇ ਹਾਂ ਕਿ ਅਸੀਂ ਗੱਜ ਕੇ ਫਤਿਹ ਬੁਲਾਉਂਦੇ ਹਾਂ, ਸਰ ਨਹੀਂ ਝੁਕਾਉਂਦੇ। ਅੱਜ ਇਸ ਗੱਲ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਇਸ ਧਰਤੀ ਦੇ ਉੱਤੇ। ਅੱਜ ਮੈਂ ਤੁਹਾਨੂੰ ਉਹਨਾਂ ਸਾਰੇ ਪ੍ਰਬੰਧਕਾਂ ਨਾਲ ਵੀ ਮੁਖਾਤਿਬ ਕਰਾਵਾਂਗਾ, ਉਹਨਾਂ ਵਿਦਿਆਰਥੀਆਂ ਨਾਲ ਵੀ ਮੁਖਾਤਿਬ ਕਰਾਵਾਂਗਾ, ਉਹਨਾਂ ਨਿਆਣਿਆਂ ਨਾਲ ਵੀ ਮੁਖਾਤਿਬ ਕਰਾਵਾਂਗਾ, ਉਹਨਾਂ ਬੱਚਿਆਂ ਨਾਲ ਵੀ ਮੁਖਾਤਿਬ ਕਰਾਵਾਂਗਾ ਜੋ ਇਸ ਗੱਲ ਨੂੰ ਹਿੱਕ ਦੀ ਜ਼ੋਰ ਨਾਲ ਕਹਿ ਰਹੇ ਨੇ ਅਸੀਂ ਗੁਰੂ ਪਿਤਾ ਦੀ ਫੌਜ ਹਾਂ, ਉਹਨਾਂ ਦੇ ਬੱਚੇ ਹਾਂ। ਅੱਜ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਵਿਖੇ ਇੱਕ ਗੱਤਕਾ ਖੇਡ ਮੁਕਾਬਲਾ ਰੱਖਿਆ ਗਿਆ ਸੀਗਾ। ਇਹ ਮੁਕਾਬਲੇ ਤਾਂ ਵੱਖ ਵੱਖ ਮੁਲਕਾਂ ਦੇ ਵਿੱਚ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਰੱਖੇ ਜਾਂਦੇ ਹਨ, ਲੇਕਿਨ ਬੱਚੇ ਸਿੱਖ ਕੇ ਕੀ ਜਾਂਦੇ ਹਨ? ਅੱਜ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਬੱਚੇ ਆਪਣੇ ਘਰ ਕੀ ਕੁਝ ਲੈ ਕੇ ਜਾਂਦੇ ਹਨ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਕੀ ਉਹ ਵਿਰਾਸਤ ਉਹਨਾਂ ਨੂੰ ਪਤਾ ਜੋ ਉਹਨਾਂ ਨੂੰ ਮਿਲੀ ਹੈਗੀ ਹੈ ਇਸ ਕੌਮ ਦੇ ਵਿੱਚ, ਉਹ ਕੀ ਵਿਰਾਸਤ ਹੈ, ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਮੇਰੇ ਨਾਲ ਕਾਫੀ ਸਾਰੇ ਵਿਦਿਆਰਥੀ ਇੱਥੇ ਮੌਜੂਦ ਹਨ ਜਿਨ੍ਹਾਂ ਨੇ ਅੱਜ ਆਪਣੇ ਜ਼ੋਹਰ ਦਿਖਾਏ ਗੱਤਕਾ ਖੇਡ ਕੇ ਔਰ ਨਿਹਾਲ ਕੀਤਾ ਇੱਥੇ ਪਹੁੰਚੀ ਸੰਗਤਾਂ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨੇ ਕੁ ਐਕਸਾਈਟਡ ਹੈਗੇ ਨੇ ਔਰ ਕਿੰਨਾ ਕੁ ਮਾਣ ਮਹਿਸੂਸ ਕਰਦੇ ਹਨ ਇਸ ਕੌਮ ਦੇ ਵਿੱਚ ਉਹ ਪੈਦਾ ਹੋਏ ਹਨ ਔਰ ਉਸ ਗੁਰੂ ਪਿਤਾ ਦੇ ਉਹ ਬੱਚੇ ਹਨ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ, ਐਨੀਬਡੀ ਵਾਂਟ ਟੂ ਸਪੀਕ? ਓਕੇ, ਕੀ ਕਹਿਣਾ ਚਾਹੋਗੇ ਸੂਰੀ ਸਾਰੇ ਦਰਸ਼ਕਾਂ ਨੂੰ, ਸਾਰੀ ਸੰਗਤਾਂ ਨੂੰ? ਮੈਂ ਕਹਿਣਾ ਚਾਹੁੰਦਾ ਕਿ ਤੂੰ ਜਿੰਨੇ ਵੀ ਪੇਰੈਂਟਸ ਆਊਟ ਦੇਰ ਨੇ ਅਤੇ ਆਪਣੇ ਬੱਚਿਆਂ ਨੂੰ ਸਿੱਖੀ ਦੇ ਇਤਿਹਾਸ ਬਾਰੇ ਸਿਖਾਇਆ ਕਰੋ ਅਤੇ ਗੁਰੂ ਘਰ ਹਰ ਰੋਜ਼ ਆਇਆ ਕਰੋ। ਕੀ ਨਾਂ ਤੁਹਾਡਾ? ਹਰਮਨਪ੍ਰੀਤ ਸਿੰਘ। ਹਰਮਨ, ਤੁਹਾਨੂੰ ਕਿਵੇਂ ਲੱਗਦਾ ਕਿ ਇਸ ਕੌਮ ਦੇ ਵਿੱਚ ਤੁਸੀਂ ਪੈਦਾ ਹੋਏ ਹੋ, ਤੁਹਾਡੇ ਪੇਰੈਂਟਸ ਤੁਹਾਨੂੰ ਕੀ ਕੁਝ ਸਿਖਾਉਂਦੇ ਹਨ? ਆਮ ਫੀਲਿੰਗ ਵੈਰੀ ਪ੍ਰਾਊਡ ਐਂਡ ਮੇਰੇ ਪੇਰੈਂਟਸ ਮੈਨੂੰ ਬੜਾ ਕੁਝ ਸਿਖਾਉਂਦੇ ਨੇ ਸਿੱਖ ਹਿਸਟਰੀ ਬਾਰੇ ਅਤੇ ਮੇਰੇ ਨਾਲ ਹੋਲਵੇਸ ਖੜ੍ਹੇ ਹੁੰਦੇ ਨੇ। ਤੁਹਾਨੂੰ ਕਿਵੇਂ ਲੱਗਦਾ? ਬੜੀ ਚੜ੍ਹਦੀ ਕਲਾ ਫੀਲ ਆਉਂਦੀ ਕਿ ਅਸੀਂ ਸਭ ਤੋਂ ਵੱਡੀ ਤੀਜੇ ਨੰਬਰ 'ਤੇ ਸਿੱਖੀ ਹੈਗੀ ਦੁਨੀਆ 'ਚ। ਹਰ ਇੱਕ ਜਗ੍ਹਾ ਹਰ ਇੱਕ ਕੰਟਰੀ 'ਚ ਸਿੱਖ ਇੱਕ ਮਿਲੀਅਨ ਤੋਂ ਵੱਧ ਸਿੱਖ ਹੁੰਦੇ ਨਾ। ਬੜੀ ਖੁਸ਼ੀ ਹੁੰਦੀ ਹੈ, ਬੜੀ ਖੁਸ਼ੀ ਹੁੰਦੀ ਹੈ। ਕਹਿਣ ਦਾ ਭਾਵ ਹੈ ਕਿ ਤੁਸੀਂ ਇਹ ਖੁਸ਼ੀ ਵੀ ਇਹਨਾਂ ਚਿਹਰਿਆਂ ਦੇ ਉੱਤੇ ਵੇਖ ਸਕਦੇ ਹੋ, ਕਿਸ ਤਰੀਕੇ ਨਾਲ ਇਹ ਮਾਣ ਮਹਿਸੂਸ ਕਰਦੇ ਨੇ, ਦੁਮਾਲਾ ਬੰਨ੍ਹਦੇ ਹਨ ਔਰ ਜਦ ਆਪਣੇ ਹੱਥ ਦੇ ਵਿੱਚ ਹਥਿਆਰ ਲੈਂਦੇ ਹਨ ਔਰ ਉਹ ਹਥਿਆਰ ਉਹਨਾਂ ਲੋਕਾਂ ਲਈ ਵਰਤਦੇ ਹਨ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਹੈ, ਜਿਹੜੇ ਕਿ ਵਾਕਈ ਹੀ ਜਿਨ੍ਹਾਂ ਦੇ ਨਾਲ ਤਸ਼ੱਦਦ ਹੋ ਰਹੀ ਹੈ ਉਹਨਾਂ ਦੇ ਲਈ ਇਹ ਬੱਚਿਆਂ ਨੂੰ ਹੁਣੇ ਇਹਨਾਂ ਦੇ ਜ਼ਿਹਨ ਦੇ ਵਿੱਚ ਪਾਇਆ ਜਾ ਰਿਹਾ ਪ੍ਰਬੰਧਕਾਂ ਵੱਲੋਂ। ਅਤੇ ਮੈਂ ਸਭ ਤੋਂ ਪਹਿਲਾਂ ਤਾਂ ਪ੍ਰਬੰਧਕਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅਜਿਹੀ ਮੁਹਿੰਮ ਸ਼ੁਰੂ ਕੀਤੀ ਹੈ, ਬੱਚਿਆਂ ਦੇ ਜ਼ਿਹਨ ਦੇ ਵਿੱਚ ਹੁਣ ਤੋਂ ਹੀ ਸਿੱਖੀ ਦੇ ਜਿਹੜੇ ਗੁਣ ਹਨ ਉਹ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਇੱਥੇ ਬੱਚੇ ਹਨ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਕਿੰਨਾ ਕੁ ਮਾਣ ਮਹਿਸੂਸ ਕਰਦੇ ਹਨ। ਬੱਚੇ ਨੇਮ? ਅਭਿਰੂਪ ਸਿੰਘ। ਕੀ ਕਹਿਣਾ ਚਾਹੋਗੇ? ਯੂ ਫੀਲ ਪ੍ਰਾਊਡ ਵੈਨ ਯੂ ਵੀਅਰ ਦਿਸ ਡਰੈਸ? ਯੈਸ। ਹਾਊ ਮੱਚ ਯੂ ਫੀਲ ਪ੍ਰਾਊਡ? ਕਿੰਨਾ ਮਾਣ ਮਹਿਸੂਸ ਕਰਦੇ ਹੋ? ਅਸੀਂ ਬਹੁਤ ਜ਼ਿਆਦਾ ਮਾਣ ਮਹਿਸੂਸ ਕਰਦੇ ਕਿਉਂਕਿ ਆਪਾਂ ਦਸ਼ਮੇਸ਼ ਪਿਤਾ ਦੇ ਸਿੱਖ ਲੜ ਰਹੇ ਹਾਂ। ਕਿਆ ਬਾਤ ਹੈ ਜੀ, ਤੁਸੀਂ ਵੇਖ ਸਕਦੇ ਹੋ ਕਹਿੰਦੇ ਕਿ ਅਸੀਂ ਦਸ਼ਮੇਸ਼ ਪਿਤਾ ਦੇ ਸਿੱਖ ਲਾਡਲੇ ਹਾਂ ਅਤੇ ਜਿਹੜੇ ਇਸ ਟਾਈਮ ਮੈਨੂੰ ਵਿਊਅਰ ਦੇਖ ਰਹੇ ਹਨ ਅਤੇ ਮੁਹਿੰਮ ਉਹੀ ਹੈ ਜਸ ਬ੍ਰੌਡਕਾਸਟਿੰਗ ਦੀ, ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੀ, ਕਿ ਜਿੰਨਾ ਮਰਜ਼ੀ ਹੋ ਜਾਏ ਜੋੜੋ ਬੱਚਿਆਂ ਨੂੰ ਅਤੇ ਹੋਰ ਵੀ ਇਹਨੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਹਾਊ ਮੱਚ ਪ੍ਰਾਊਡ ਯੂ ਫੀਲ? ਕਿੰਨਾ ਮਾਣ ਮਹਿਸੂਸ ਕਰਦੇ ਹੋ? ਮੈਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਅਤੇ ਮੈਂ ਬਹੁਤ ਪ੍ਰਾਊਡ ਫੀਲ ਕਰਦਾ। ਵਟਸ ਯੂਰ ਨੇਮ? ਕੁਸ਼ਵੀਰ ਸਿੰਘ। ਕੀ ਕਹਿਣਾ ਚਾਹੋਗੇ ਸੰਗਤ ਨੂੰ? ਮੈਂ ਸੰਗਤ ਨੂੰ ਕਹਿਣਾ ਚਾਹੂੰਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਇੱਧਰ ਲਾ ਕੇ ਆਓ, ਜਿਹੜੇ ਹਨੀ ਸਿੱਖੀ 'ਚ ਜੋੜਨ ਵਾਲੇ ਜਦੋਂ ਤੁਸੀਂ ਇੱਥੇ ਲਾ ਕੇ ਆਉਂਦੇ ਤਾਂ ਸਿੱਖੀ ਤੁਹਾਨੂੰ ਲਾਈਕ ਗੁਰਬਾਣੀ ਵੀ ਆਉਂਦੀ, ਗੁਰਮੁਖੀ ਵੀ, ਲਾਈਕ ਸਾਡੇ ਗੁਰਮੁਖਾਂ ਵੀ। ਵੈਰੀ ਗੁੱਡ। ਅਤੇ ਮੈਂ ਇੱਕ ਸਵਾਲ ਤੁਹਾਨੂੰ ਸਾਰਿਆਂ ਨੂੰ ਪੁੱਛਾਂਗਾ, ਤੁਸੀਂ ਹੱਥ ਖੜ੍ਹੇ ਕਰਨੇ ਆ, ਠੀਕ ਹੈ ਜੀ? ਇੰਗਲਿਸ਼ ਕਿੰਨੀ ਕਿਹਨੂੰ ਆਉਂਦੀ ਹੈ? ਇੰਗਲਿਸ਼ ਸਾਰਿਆਂ ਨੂੰ ਆਉਂਦੀ, ਓਕੇ। ਹੁਣ ਪੰਜਾਬੀ ਕਿਹਨੂੰ ਕਿਹਨੂੰ ਆਉਂਦੀ ਹੈ? ਵੈਰੀ ਗੁੱਡ। ਲੇਕਿਨ ਥੋੜ੍ਹੀ ਜਿਹੀ ਸਟਰੈਂਥ ਘੱਟ ਹੈ ਪੰਜਾਬੀ ਦੀ, ਲੇਕਿਨ ਇਹ ਵੀ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵੱਲੋਂ। ਤਾਂ ਅਸੀਂ ਬੱਚਿਆਂ ਨਾਲ ਕੋਸ਼ਿਸ਼ ਕਰਦੇ ਹਾਂ ਕਿ ਜਿੰਨੀ ਵੱਧ ਤੋਂ ਵੱਧ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰੀਏ, ਲੇਕਿਨ ਕਦੀ ਕਵਾਰ ਇੰਗਲਿਸ਼ ਦੀ ਵਰਤੋਂ ਸਾਨੂੰ ਵੀ ਕਰਨੀ ਪੈ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਪੁੱਛਣ ਦੇ ਲਈ, ਜੋੜਨ ਦੇ ਲਈ, ਔਰ ਉਸ ਤੋਂ ਬਾਅਦ ਉਹ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਵੀ ਕਰਦੇ ਹਨ। ਅਤੇ ਨਾਲ ਮੇਰੇ ਨਾਲ ਹੋਰ ਵੀ ਇੱਥੇ ਮੌਜੂਦ ਹਨ ਵਿਦਿਆਰਥੀ ਜਿਹਨਾਂ ਨੇ ਅੱਜ ਆਪਣੇ ਜ਼ੋਹਰ ਵਿਖਾਏ। ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦ ਉਹ ਇਸ ਏਜ ਦੇ ਵਿੱਚ ਸੀਗੇ ਤਾਂ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਕੀ ਸਿਖਾਇਆ ਸੀਗਾ ਔਰ ਅੱਜ ਇਸ ਏਜ ਦੇ ਵਿੱਚ ਆ ਕੇ ਉਹ ਕਿੰਨਾ ਮਾਣ ਮਹਿਸੂਸ ਕਰਦੇ ਹਨ।
ਕੀ ਨਾਮ ਜੀ ਤੁਹਾਡਾ? ਗੁਰਜੋਤ ਸਿੰਘ। ਗੁਰਜੋਤ, ਜਦੋਂ ਤੁਸੀਂ ਇਹਨਾਂ ਦੀ ਏਜ ਦੇ ਵਿੱਚ ਸੀਗੇ ਤਾਂ ਤੁਸੀਂ ਕਿਸ ਤਰੀਕੇ ਨਾਲ ਸਾਰੀ ਸਿੱਖਿਆ ਲਿੱਤੀ ਔਰ ਅੱਜ ਕਿਵੇਂ ਮਹਿਸੂਸ ਕਰਦੇ ਹੋ? ਜਿਹਨਾਂ ਮੈਂ ਇਹਨਾਂ ਦੀ ਏਜ ਸੀ, ਮੈਂ ਬੜੇ ਸ਼ਾਨ ਨਾਲ ਸਿੱਖਿਆ ਅਤੇ ਭਾਅ ਜੀ ਹੋਰੇ ਨੇ ਮੈਨੂੰ ਬੜੇ ਖੁਸ਼ੀ ਨਾਲ ਸਿਖਾਇਆ, ਹੱਸ ਹੱਸ ਕੇ ਸਿਖਾਇਆ ਸਾਰਾ ਕੁਝ ਜਿੰਨਾ ਵੀ ਆਉਂਦਾ ਹੈ। ਹੁਣ ਮੈਂ ਇਹਨਾਂ ਤੋਂ ਜਿਵੇਂ ਓਨ ਅਪ ਕਰਨਾ, ਜੇ ਮੇਰੀ ਵੀ ਵਾਰੀ ਆਉਂਦੀ ਹੈ ਮੈਂ ਸਾਰੇ ਬੱਚਿਆਂ ਨੂੰ ਜੋ ਕੁਛ ਮੈਂ ਸਿੱਖਿਆ ਮੈਂ ਉਹਨਾਂ ਨੂੰ ਵੀ ਸਿਖਾਵਾਂ, ਹੋਰ ਵੀ ਕੋਈ ਪਾਸੇ ਜਾਵਾਂ, ਦੂਜੇ ਗੁਰਦੁਆਰੇ ਜਾਵਾਂ, ਨਾ ਕਿ ਇਕੱਲਾ ਇਹ ਗੁਰਦੁਆਰੇ 'ਚ ਸਿਖਾਵਾਂ, ਬਾਕੀ ਦੇ ਸਾਰੇ ਗੁਰਦੁਆਰੇ 'ਚ ਸਿਖਾਵਾਂ। ਤਾਂ ਟ੍ਰੇਨਿੰਗ ਦੇਣਾ ਚਾਹੁੰਦੇ ਹੋ? ਹਾਂਜੀ, ਠੀਕ ਹੈ। ਅਤੇ ਜਿਹੜੇ ਬੱਚੇ ਅੱਜ ਕੱਲ੍ਹ ਇਸ ਏਜ ਦੇ ਵਿੱਚ ਆ ਕੇ ਜਾਂ ਫਿਰ ਤੁਹਾਡੀ ਏਜ ਦੇ ਵਿੱਚ ਆ ਕੇ ਕਿਸ ਹੋਰ ਪਾਸੇ ਤੁਰ ਪਏ ਨੇ, ਨਸ਼ਿਆਂ ਦੀ ਵਰਤੋਂ ਕਰਨ ਲੱਗ ਪਏ ਨੇ, ਉਹਨਾਂ ਬੱਚਿਆਂ ਲਈ ਤੁਸੀਂ ਕੀ ਕਹਿਣਾ ਚਾਹੋਗੇ, ਉਹਨਾਂ ਵਿਦਿਆਰਥੀਆਂ ਲਈ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੁੰਦਾ, ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਮੈਂ ਇਹੀ ਬੇਨਤੀ ਕਰਨਾ ਚਾਹੁੰਦਾ, ਬੱਚੇ ਤੁਸੀਂ ਰੈਗੂਲਰ ਲੈ ਕੇ ਆਓਗੇ ਗੁਰੂ ਘਰ ਤੋਂ ਟੁੱਟਣਗੇ ਅਤੇ ਫਿਰ ਬਾਹਰ ਜਾਣਗੇ, ਫਿਰ ਨਸ਼ਿਆਂ 'ਚ ਵੜਨਗੇ। ਅਤੇ ਨਸ਼ੇ ਤੁਹਾਨੂੰ ਪਤਾ ਹੀ ਹੈ, ਨਸ਼ਾ ਜਿਹੜਾ ਬਹੁਤ ਮਾੜਾ, ਕੋਈ ਵੀ ਕਰ ਲਓ ਤੁਸੀਂ, ਨਸ਼ਾ ਨਸ਼ਾ ਹੀ ਹੈ। ਅਤੇ ਬਾਕੀ ਜੋ ਵਾਹਿਗੁਰੂ ਦੀ ਕੌਮ ਨੂੰ ਕਿਸ ਨਸ਼ੇ ਦੀ ਲੋੜ ਹੈ? ਅੱਜ ਕੌਮ ਨੂੰ ਨਸ਼ੇ ਦੀ ਲੋੜ ਹੈ, ਗੱਤਕੇ ਦੀ, ਗੁਰਮਤ ਦੀ, ਗੁਰਮਤ ਕੈਂਪਾਂ ਦੀ, ਪੜ੍ਹਾਈ ਦੀ, ਸਿੱਖਿਆ ਸਿੱਖੀ ਸਿੱਖੀ ਤਾਂ ਸਿਧਾਂਤਾਂ ਦੀ ਸਾਨੂੰ ਲੋੜ ਹੈਗੀ ਹੈ। ਸਿੱਖੀ ਸਿਧਾਂਤਾਂ ਦੀ ਲੋੜ ਹੈ, ਤੁਹਾਨੂੰ ਲੱਗਦਾ ਤੁਸੀਂ ਇਸ ਗੱਲ ਨਾਲ ਸਹਿਮਤੀ ਰੱਖਦੇ ਹੋ? ਹਾਂਜੀ ਬਿਲਕੁਲ, ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ, ਕਿਉਂਕਿ ਜੇ ਅਸੀਂ ਹੁਣੇ ਹੀ ਇਸ ਬੱਚਿਆਂ ਨੂੰ ਗੁਰਮਤ ਵਾਲੇ ਪਾਸੇ ਨਹੀਂ ਲਾਵਾਂਗੇ ਤਾਂ ਅੱਗੇ ਕੋਈ ਸ਼ੱਕ ਨਹੀਂ ਇਹ ਦੂਜੇ ਪਾਸੇ ਕੋਈ ਉਲਟ ਪਾਸੇ ਜਾ ਸਕਦੇ ਨੇ। ਪਰ ਜੇ ਅਸੀਂ ਇਹੀ ਸਿੱਖਿਆ, ਗੁਰਮਤ ਦੀ ਸਿੱਖਿਆ ਆਪਣੇ ਗੁਰੂਆਂ ਬਾਰੇ, ਆਪਣੇ ਇਤਿਹਾਸ ਬਾਰੇ ਦੱਸਾਂਗੇ ਇਸ ਬੱਚਿਆਂ ਨੂੰ ਹੁਣ ਤੋਂ ਹੀ, ਤਾਂ ਅੱਗੇ ਜਾ ਕੇ ਇਹੀ ਚੀਜ਼ਾਂ ਇਹਨਾਂ ਦੇ ਦਿਮਾਗ ਵਿੱਚ ਰਹਿਣਗੀਆਂ ਅਤੇ ਇਹ ਬਸ ਇੱਕ ਗੁਰੂ ਘਰ ਦੇ ਨਾਲ ਗੁਰਬਾਣੀ ਦੇ ਨਾਲ ਜੁੜੇ ਰਹਿਣਗੇ। ਗੁਰੂ ਘਰ ਦੇ ਨਾਲ ਗੁਰਬਾਣੀ ਦੇ ਨਾਲ ਜੁੜੇ ਰਹਿਣਗੇ, ਅੱਜ ਲੋੜ ਹੈ। ਜਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਇਹਨਾਂ ਦਾ ਕਹਿਣ ਦਾ ਭਾਵ ਹੈ, ਅੱਜ ਕੱਲ੍ਹ ਬੱਚਿਆਂ ਨੂੰ ਕਿਸ ਚੀਜ਼ ਦਾ ਨਸ਼ਾ ਕਰਨਾ ਚਾਹੀਦਾ? ਗੁਰਸਿੱਖੀ ਦਾ ਨਸ਼ਾ ਕਰਨਾ ਚਾਹੀਦਾ, ਗੱਤਕਾ ਖੇਡਣ ਦਾ ਨਸ਼ਾ ਕਰਨਾ ਚਾਹੀਦਾ, ਪੜ੍ਹਾਈ ਦਾ ਨਸ਼ਾ ਕਰਨਾ ਚਾਹੀਦਾ, ਹੋਰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ। ਅੱਛਾ, ਹੁਣ ਗੱਲ ਅਸੀਂ ਬੱਚਿਆਂ ਦੀ ਕੀਤੀ, ਲੇਕਿਨ ਬਹੁਤ ਜ਼ਰੂਰੀ ਹੁੰਦਾ ਉਹਨਾਂ ਬੱਚਿਆਂ ਨੂੰ ਕੋਈ ਗੁਣ ਸਿਖਾਇਆ ਜਾਵੇ। ਸਿੱਖੀ ਸਿਧਾਂਤਾਂ ਦੀ ਅਸੀਂ ਗੱਲ ਕਰਦੇ ਹਾਂ, ਲੇਕਿਨ ਸਿਖਾਉਂਦਾ ਕੌਣ ਹੈ? ਟ੍ਰੇਨਰ ਨੂੰ ਐਂਡ ਆਫ ਦਾ ਡੇ ਬਹੁਤ ਸਾਰੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਗੁਰੂ ਸਾਹਿਬ ਦੇ ਵੇਲੇ ਵੀ ਕਈ ਸਾਰੇ ਅਜਿਹੇ ਯੋਧੇ ਹੁੰਦੇ ਸਨ ਜੋ ਆਪਣੇ ਨਾਲ ਦੇ ਬੰਦਿਆਂ ਨੂੰ, ਯਾਨੀ ਕਿ ਆਪਣੇ ਨਾਲ ਦੇ ਯੋਧਿਆਂ ਨੂੰ ਯੋਧਾ ਬਣਾਉਣ ਦੀ ਕਵਾਇਦ ਰੱਖਦੇ ਸੀਗੇ, ਉਹਨਾਂ ਨੂੰ ਸਿਖਾਉਣ ਦੀ ਗੱਲ ਕਰਦੇ ਸੀਗੇ। ਅੱਜ ਬੱਚਿਆਂ ਦੇ ਵਿੱਚ ਇਹ ਗੱਲ ਕੌਣ ਪਹੁੰਚਾ ਰਿਹਾ? ਉਸ ਸ਼ਖਸੀਅਤ ਦੇ ਨਾਲ ਵੀ ਮੈਂ ਤੁਹਾਨੂੰ ਮੁਖਾਤਿਬ ਕਰਾਉਣਾ। ਮੇਰੇ ਨਾਲ ਦਲੇਰ ਸਿੰਘ ਜੀ ਮੌਜੂਦ ਹਨ, ਜਨਰਲ ਸਕੱਤਰ ਵੀ ਹਨ ਗੁਰਦੁਆਰਾ ਸਾਹਿਬ ਦੇ, ਔਰ ਜਦ ਗੱਲ ਆਉਂਦੀ ਹੈ ਗੱਤਕਾ ਖੇਡਣ ਦੀ, ਬੱਚਿਆਂ ਨੂੰ ਸਿਖਾਉਣ ਦੀ, ਤਾਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਦਲੇਰ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਸਵਾਲ ਤੁਹਾਡੇ ਜ਼ਰੂਰ ਜਾਣਨਾ ਚਾਹੁੰਦਾ, ਨਸ਼ਾ ਇੱਕ ਜਿਹੜਾ ਪੰਜਾਬ ਦੇ ਵਿੱਚ ਅੱਜ ਹੋ ਰਿਹਾ ਔਰ ਵੱਖ ਵੱਖ ਮੁਲਕਾਂ ਦੇ ਵਿੱਚ ਹੋ ਰਿਹਾ, ਜਿਹੜੇ ਬੱਚੇ ਗ੍ਰਹਿਣ ਕਰ ਰਹੇ ਹਨ, ਅੱਜ ਤੁਸੀਂ ਇਹਨਾਂ ਬੱਚਿਆਂ ਨੂੰ ਗੱਤਕਾ ਖੇਡਣ ਦਾ ਨਸ਼ਾ ਦੇ ਰਹੇ ਹੋ, ਸਿੱਖੀ ਦੇ ਨਾਲ ਜੋੜਨ ਦਾ ਨਸ਼ਾ ਦੇ ਰਹੇ ਹੋ, ਕਿੰਨੀ ਕੁ ਲੋੜ ਤੁਸੀਂ ਤੁਹਾਨੂੰ ਲੱਗਦੀ ਕੀ ਹੈਗੀ ਹੈ? ਬਹੁਤ ਜ਼ਿਆਦਾ ਲੋੜ ਹੈ ਸਾਡੇ ਜਿਹੜੇ ਜਿੰਨੇ ਵੀ ਬੱਚੇ ਹੈਗੇ ਨੇ, ਇਹਨਾਂ ਦੇ ਵਿੱਚੋਂ ਜਿਹੜੇ ਕੁਝ ਬੱਚੇ ਜਿਹੜੇ ਕੇਸ ਕਟਾਏ ਸੀਗੇ, ਸਭ ਕੁਛ ਸੀਗੇ, ਲੇਕਿਨ ਇਸ ਪਾਸੇ ਆ ਗਏ, ਉਹ ਸਾਰੇ ਸਿੱਖੀ ਨਾਲ ਜੁੜ ਗਏ, ਔਰ ਘਰ ਦੇ ਇਹਨਾਂ ਦੇ ਪੇਰੈਂਟਸ ਵੀ ਜਿਹੜੇ ਇਹਨਾਂ ਦੇ ਮਾਂ ਪਿਓ ਹਨ, ਉਹ ਵੀ ਸਾਨੂੰ ਸ਼ਾਬਾਸ਼ ਦਿੰਦੇ ਨੇ ਵੀ ਸਾਡੇ ਬੱਚੇ ਜਿਹੜੇ ਘਰ ਗੇਮਾਂ ਦੇਖਦੇ ਕਿ ਸਾਰਾ ਕੰਮ ਉਲਟ ਕਰਦੇ ਸੀ, ਉਸ ਦੇ ਰਸਤੇ ਪੈ ਗਏ ਨੇ। ਔਰ ਜਿਸ ਤਰ੍ਹਾਂ ਮੇਰੇ ਕੋਲ ਵੀਰ ਕੋਲ ਪ੍ਰੀਤ ਖੜ੍ਹਾ ਹੈ, ਜਿਹੜਾ ਸਾਡਾ ਪੂਰਾ ਕੋਚ ਕੋਚਿੰਗ ਦਿੰਦਾ ਹੈਗਾ ਸਾਰੇ ਗੱਤਕਾ ਟੀਮ ਨੂੰ, ਮਲਕੀਤ ਸਿੰਘ ਹੈ, ਗੁਰਜੋਤ ਸਿੰਘ ਹੈ, ਨਵਦੀਪ ਭਾਅ ਜੀ ਨੇ, ਔਰ ਗੁਰਿੰਦਰ ਭਾਅ ਜੀ ਨੇ, ਸਾਰੇ ਜਿਹੜੇ ਬੱਚੇ ਨੇ ਜਿਹੜੇ ਇਹਨਾਂ ਨੇ ਇਹਨੇ ਟ੍ਰੇਨਡ ਨੇ, ਯਾਨੀ ਕਿ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਕੋਈ ਬੱਚੇ ਸਾਡੇ ਸਿੱਖੀ ਵਾਲੇ ਪਾਸੇ ਜੁੜਦੇ ਨੇ, ਔਰ ਸਾਡਾ ਇੱਕ ਫਰਜ਼ ਬਣਦਾ ਵੀ ਅਸੀਂ ਜਿਹੜਾ ਸਿੱਖੀ ਦੇ ਬੂਟੇ ਨੂੰ ਹਮੇਸ਼ਾ ਪ੍ਰਫੁੱਲਤ ਰੱਖੀਏ ਔਰ ਸਿੱਖੀ ਨਾਲ ਜੋੜੀਏ। ਔਰ ਮੈਂ ਆਸ ਕਰਦਾ ਹਾਂ ਸਾਰੇ ਜਿੰਨੇ ਜਿਹੜੇ ਵੀ ਮੇਰੇ ਵੀਰ ਦੇਖਦੇ ਨੇ, ਉਹ ਜ਼ਰੂਰ ਆਪਣੇ ਬੱਚਿਆਂ ਨੂੰ ਨਾਲ ਇਸ ਗੁਰੂ ਘਰ ਨਹੀਂ, ਜਿਹੜੇ ਨਾਲ ਦੇ ਗੁਰੂ ਘਰ ਨੇ ਉੱਥੇ ਜ਼ਰੂਰ ਭੇਜਿਆ ਕਰੋ ਔਰ ਸਿੱਖੀ ਨਾਲ ਜ਼ਰੂਰ ਜੋੜੋ। ਖਿੜਦੇ ਰਹਿਣ, ਯਾਨੀ ਕਿ ਜਿਹੜਾ ਬੂਟਾ ਗੁਰੂ ਸਾਹਿਬ ਲਾ ਗਏ ਸੀਗੇ ਉਹ ਹਮੇਸ਼ਾ ਖਿੜਦਾ ਰਹੇ, ਲੇਕਿਨ ਉਹ ਖਿੜੇਗਾ ਕਿਵੇਂ? ਉਸ ਬੂਟੇ ਨੂੰ ਅੱਗੇ ਵਧਾਏਗਾ ਕੌਣ? ਉਸ ਬੂਟੇ ਨੂੰ ਚਮਕਾਏਗਾ ਕੌਣ? ਉਸ ਬੂਟੇ ਨੂੰ ਸਾਂਭੇਗਾ ਕੌਣ? ਇਹਨਾਂ ਗੱਲਾਂ ਦੇ ਉੱਤੇ ਵੀ ਸਾਨੂੰ ਸੋਚਣ ਦੀ ਲੋੜ ਹੈਗੀ ਹੈ। ਅਸੀਂ ਵੱਖ ਵੱਖ ਮੁਲਕਾਂ ਦੇ ਵਿੱਚ ਜਾ ਕੇ ਵਸ ਤਾਂ ਗਏ ਹਾਂ, ਅਸੀਂ ਭਾਵੇਂ ਅਮੈਰੀਕਾ ਦੀ ਧਰਤੀ 'ਤੇ ਵਸੇ ਹਾਂ, ਭਾਵੇਂ ਅਸੀਂ ਕੈਨੇਡਾ ਦੀ ਧਰਤੀ 'ਤੇ ਵਸੇ ਹਾਂ, ਭਾਵੇਂ ਆਪਾਂ ਯੂਕੇ ਹਾਂ, ਭਾਵੇਂ ਆਪਾਂ ਯੂਰੋਪ ਹਾਂ, ਲੇਕਿਨ ਉਹਨੂੰ ਸਾਂਭ ਕੇ ਕੌਣ ਰੱਖੇਗਾ? ਉਸ ਵਿਰਾਸਤ ਨੂੰ ਬੱਚਿਆਂ ਨੂੰ ਸਿਖਾਏਗਾ ਕੌਣ ਕਿ ਇਹ ਵਿਰਾਸਤ ਸਾਨੂੰ ਮਿਲੀ ਸੀਗੀ? ਇਸ ਗੱਲ ਦੀ ਵੀ ਲੋੜ ਹੈ। ਭਾਵੇਂ ਸਾਡੀ ਜਥੇਬੰਦੀਆਂ ਵੱਖ ਵੱਖ ਮਸਲਿਆਂ ਨੂੰ ਲੈ ਕੇ ਨਾਲ ਨਹੀਂ ਤੁਰਦੀਆਂ, ਲੇਕਿਨ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਮਸਲਾ ਹੈ ਜਿੱਥੇ ਬੱਚਿਆਂ ਨੂੰ ਸਿਖਾਉਣ ਦੀ ਗੱਲ ਕੀਤੀ ਜਾਂਦੀ ਹੈ, ਜਿੱਥੇ ਬੱਚਿਆਂ ਨੂੰ ਐਜੂਕੇਟ ਕਰਨ ਦੀ ਗੱਲ ਕੀਤੀ ਜਾਂਦੀ ਹੈ, ਉਹ ਕਿੰਨਾ ਲੋੜਵੰਦ ਹੈ? ਗੌਰਤਲਬ ਹੈ ਕਿ ਅਸੀਂ ਵੱਖ ਵੱਖ ਮੁਲਕਾਂ ਦੇ ਵਿੱਚ ਅਜਿਹੀਆਂ ਗੱਲਾਂ ਵੇਖੀਆਂ ਹਨ ਜਿੱਥੇ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕਈ ਵਾਰ ਅਸੀਂ ਦੇਖੀਏ ਕਿ ਬੇਅਦਬੀ ਹੁੰਦੀ ਹੈ, ਇੱਕ ਦੂਜੇ ਦੇ ਨਾਲ
ਪਿੱਛੇ ਰੱਖਦੇ ਹੋਏ ਕਿੰਨੀ ਲੋੜ ਹੈਗੀ ਆ ਅੱਜ ਬੱਚਿਆਂ ਨੂੰ ਇੱਕ ਐਜੂਕੇਟ ਕਰਨ ਦੀ। ਅਤੇ ਮੈਂ ਸਾਰੇ ਪ੍ਰਬੰਧਕਾਂ ਦਾ ਵੀ ਧੰਨਵਾਦ ਕਰਦਾ ਜੋ ਇਸ ਬਾਰੇ ਵੀ ਸੋਚਦੇ ਹਨ, ਉਹਨਾਂ ਜਥੇ ਬੰਦੇਬਾਰੀਆਂ ਵੀ ਸੋਚਦੇ ਹਨ। ਲੇਕਿਨ ਅੱਜ ਜਦ ਅਸੀਂ ਬਾਬਾ ਮੱਖਣ ਸ਼ਾਹ ਲੁਬਾਣਾ ਗੁਰਦੁਆਰਾ ਸਿੱਖ ਸੈਂਟਰ ਨਿਊਯਾਰਕ ਵਿਖੇ ਪਹੁੰਚੇ ਤਾਂ ਸਾਡੇ ਨਾਲ ਹੁਣ ਮੈਂ ਜਿਹਨਾਂ ਸ਼ਖਸੀਅਤਾਂ ਨਾਲ ਤੁਹਾਨੂੰ ਮੁਖਾਤਿਬ ਕਰਾਉਣ ਜਾ ਰਿਹਾ ਜਿਹੜੇ ਕਿ ਪਿਲਰ ਨੇ ਇਸ ਗੁਰਦੁਆਰਾ ਸਾਹਿਬ ਦੇ। ਪਿਲਰ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਪਿਲਰ ਦੀ ਬਹੁਤ ਲੋੜ ਹੁੰਦੀ ਹੈ ਜਦ ਸਾਨੂੰ ਆਪਣੇ ਸਿਧਾਂਤਾਂ ਦੇ ਵੱਲ ਤੁਰਨਾ ਹੁੰਦਾ। ਸਿੱਖ ਕੌਮ ਦੇ ਇਸ ਬੂਟੇ ਨੂੰ ਕਿਸ ਤਰੀਕੇ ਨਾਲ ਕਾਇਮ ਰੱਖਣਾ, ਉਹਨਾਂ ਪਿਲਰਾਂ ਦੀ ਸਾਨੂੰ ਲੋੜ ਹੈ। ਅੱਜ ਮੇਰੇ ਨਾਲ ਪੂਰੇ ਪ੍ਰਬੰਧਕ ਇਸ ਟਾਈਮ ਮੌਜੂਦ ਨੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਇਸ ਮੁਤਲਕ ਕੀ ਕੁਝ ਆਪਣੇ ਵਿਚਾਰ ਮੇਰੇ ਨਾਲ ਸਾਂਝਾ ਕਰਨੇ ਚਾਹੁੰਦੇ ਹਨ। ਸ਼ੁਰੂਆਤ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਜੀ ਹੋਰਾਂ ਤੋਂ, ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੁਝ ਪ੍ਰਤੀਕਰਮ ਆਪਣੇ ਉਹ ਦੇਣਾ ਚਾਹੁੰਦੇ ਹਨ ਇਸ ਮੁਤਲਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਸਮੂਹ ਪ੍ਰਬੰਧਕ ਕਮੇਟੀ ਜੋ ਸਮੂਹ ਸੰਗਤਾਂ ਗੁਰੂ ਘਰ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਅਤੇ ਮਾਤਾ ਗੁਜਰੀ ਨੂੰ ਸਮਰਪਿਤ ਜੋ ਬੜੇ ਹੀ ਸ਼ਰਧਾ ਅਤੇ ਭਾਵਨਾ ਨਾਲ ਬੜੇ ਹੀ ਦੇਰ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਸੀ, ਜੋ ਜਿਹੜੇ ਕਿ ਬੱਚਿਆਂ ਨੂੰ ਵੀ ਗੱਤਕੇ ਦੇ ਜ਼ੋਰ ਵਿਖਾਏ ਨੇ, ਔਰ ਜੋ ਗੁਰੂ ਘਰ ਦੇ ਬੱਚੇ ਪੜ੍ਹਦੇ ਹਨ ਉਹਨਾਂ ਵੀ ਬਹੁਤ ਕੁਝ ਕੱਲ੍ਹ ਦੇਰ ਸ਼ਾਮ ਤੱਕ ਉਹਨਾਂ ਨੇ ਆਪਣੇ ਜੋ ਗੁਰਬਾਣੀ ਦੇ ਕੰਪੀਟੀਸ਼ਨ ਸੀ ਉਹ ਕੀਤੇ। ਬਾਅਦ ਵਿੱਚ ਬੱਚਿਆਂ ਨੂੰ ਉਹਨਾਂ ਦੇ ਇਨਾਮ ਵੀ ਵੰਡੇ ਗਏ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਅਸੀਂ ਇਸੇ ਤਰ੍ਹਾਂ ਹੀ ਸਮੂਹ ਸੰਗਤ ਨੂੰ ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਹੈ ਉੱਥੇ ਤੱਕ ਅਸੀਂ ਕਹਿੰਦੇ ਹਾਂ ਕਿ ਜੋ ਬੱਚੇ ਨੇ ਸਾਰਿਆਂ ਨੂੰ ਪੰਜਾਬੀ ਸਿਖਾਓ ਅਤੇ ਗੱਤਕੇ ਦਾ ਜ਼ੋਰ ਗੱਤਕਾ ਸਿਖਾਓ ਜੋ ਕਿ ਬੱਚੇ ਆਪਣੀ ਪ੍ਰੋਟੈਕਸ਼ਨ ਆਪ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਰਸ਼ਕਾਂ ਨੂੰ ਉਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ, ਸੰਗਤ ਨੂੰ ਉਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਸਾਨੂੰ ਕਿਹੜੀ ਕਿਹੜੀ ਗੱਲਾਂ ਦੀ ਲੋੜ ਹੈਗੀ ਆ। ਅਸੀਂ ਜਦ ਇਸ ਮੁਲਕ ਦੇ ਵਿੱਚ ਆ ਕੇ ਵਸੇ ਸੀਗੇ, ਜਦ ਸਾਡੇ ਬਜ਼ੁਰਗ ਇਸ ਮੁਲਕ ਦੇ ਵਿੱਚ ਆ ਕੇ ਵਸੇ ਸੀਗੇ, ਤਾਂ ਅੱਜ ਮੈਨੂੰ ਕਿੱਥੇ ਨਾ ਕਿੱਥੇ ਮੈਨੂੰ ਇਹ ਲੱਗਦਾ ਕਿ ਜਿਹੜੀ ਸਿੱਖੀ ਇਸ ਮੁਲਕਾਂ ਦੇ ਵਿੱਚ ਆ ਕੇ ਪ੍ਰਫੁੱਲਿਤ ਹੋ ਰਹੀ ਹੈ, ਜਿਹਨੂੰ ਹੋਰ ਅੱਗੇ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ, ਅੱਜ ਅਸੀਂ ਇਹ ਵੀ ਕਹਿ ਸਕਦੇ ਹਾਂ ਗਰਵ ਦੇ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਵਿਖੇ ਇੱਕ ਪ੍ਰਧਾਨ ਮੰਤਰੀ ਜਿਹੜਾ ਹੁਣ ਰੱਖਦਾ ਅਹੁਦਾ ਪ੍ਰਧਾਨ ਮੰਤਰੀ ਬਣਨ ਦਾ, ਉਹ ਵੀ ਪ੍ਰਧਾਨ ਮੰਤਰੀ ਇੱਕ ਸਿੱਖ ਹੋ ਸਕਦਾ ਹੈ। ਇਸ ਗੱਲ ਦੀ ਲੋੜ ਹੈ ਕਿਉਂਕਿ ਇੱਥੇ ਬੱਚੇ ਜਿਹੜੇ ਨੇ ਉਹਨਾਂ ਦੇ ਵਿੱਚ ਇਹ ਜਿਹੜੀ ਮੋਰਲ ਵੈਲਿਊਜ਼ ਹਨ ਜੋ ਟੀਚਿੰਗ ਔਰ ਪ੍ਰੀਚਿੰਗ ਗੁਰੂ ਸਾਹਿਬ ਸਾਨੂੰ ਦੇ ਗਏ ਸੀਗੇ, ਬੇਸਿਕ ਗੱਲਾਂ ਜਿਹੜੀਆਂ ਉਹ ਸਿਖਾ ਗਏ ਸੀਗੇ, ਉਹਨਾਂ ਨੂੰ ਕਿੰਨੀ ਲੋੜ ਹੈਗੀ ਕਿਉਂਕਿ ਜਿਹੜੇ ਬਜ਼ੁਰਗ ਇੱਥੇ ਪਹਿਲਾਂ ਆਏ ਉਹਨਾਂ ਨੇ ਸਲਾਵਾਂ ਦਿੱਤੀਆਂ, ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ, ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਇੱਥੇ ਉਸੇ ਗੱਲ ਨੂੰ ਅਮਲੀ ਜਾਮਾ ਅਪਣਾਇਆ ਜਾ ਰਿਹਾ। ਮੁੱਖ ਸਲਾਹਕਾਰ ਸਾਬਕਾ ਪ੍ਰਧਾਨ ਇੱਥੇ ਰਹਿ ਚੁੱਕੇ ਹਨ ਮਾਸਟਰ ਜੀ, ਉਹ ਵੀ ਮੇਰੇ ਨਾਲ ਮੌਜੂਦ ਹਨ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਇਸ ਮੁਤਲਕ ਕੀ ਵਿਚਾਰ ਆਪਣੇ ਰੱਖਣਾ ਚਾਹੁੰਦੇ ਹਨ। ਦੇਖੋ ਇਹ ਦਸੰਬਰ ਦਾ ਮਹੀਨਾ ਕੁਰਬਾਨੀਆਂ ਨਾਲ ਭਰਿਆ ਮਹੀਨਾ ਹੈ, ਔਰ ਟ੍ਰੈਡੀਸ਼ਨ ਰਹੀ ਹੈ ਪੁਰਾਤਨ ਸਮਿਆਂ ਦੇ ਵਿੱਚ ਵੀ ਲੋਕ ਘਰਾਂ ਵਿੱਚ ਮੰਜੀਆਂ 'ਤੇ ਨਹੀਂ ਸੀ ਸੌਂਦੇ, ਔਰ ਇਸ ਮਹੀਨੇ ਪੂਰੇ ਨੂੰ ਸੋਗ ਵਜੋਂ ਮਨਾਇਆ ਜਾਂਦਾ ਸੀ, ਜਿਨ੍ਹਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਤਾ ਗੁਜਰ ਕੌਰ ਦੀ ਸ਼ਹੀਦੀ। ਇਹ ਇੱਕ ਬੜਾ ਦੁਖਦਾਈ ਸਮਾਂ ਹੈ, ਔਰ ਨਾਲ ਦੀ ਨਾਲ ਇੱਕ ਹੌਂਸਲਾ ਵੀ ਹੈ, ਇੱਕ ਉਤਸ਼ਾਹ ਵੀ ਹੈ, ਇੱਕ ਪ੍ਰੇਰਣਾ ਵੀ ਹੈ ਵੀ ਸਿੱਖਾਂ ਨੇ ਕਦੀ ਵੀ ਢਹਿੰਦੀਆਂ ਕਲਾਂ 'ਚ ਨਹੀਂ ਜਾਣਾ, ਵਕਤ ਜਿੰਨਾ ਮਰਜ਼ੀ ਵੀ ਸਖਤ ਹੋਵੇ ਪਰ ਉਸ ਵਕਤ 'ਚੋਂ ਅਸੀਂ ਜੇਤੂ ਹੋ ਕੇ ਬਾਹਰ ਨਿਕਲਣਾ। ਮੈਂ ਸਮਝਣਾ ਜਿਹੜੀ ਗਿਰਾਵਟ ਸਾਡੀ ਸਿੱਖਾਂ 'ਚ ਆਈ ਹੈ ਉਹਨਾਂ ਕਦਰਾਂ ਕੀਮਤਾਂ ਕਰਕੇ ਆਈ ਹੈ ਜਿਹੜੀਆਂ ਗੁਰੂ ਸਾਹਿਬ ਵੇਲੇ ਪ੍ਰਚਲਿਤ ਸੀ, ਔਰ ਅਸੀਂ ਉਹਨਾਂ ਤੋਂ ਛਿੜ ਗਏ ਹਾਂ। ਲੋੜ ਹੈ ਅੱਜ ਨਵੇਂ ਖੂਨ ਨੂੰ, ਨਵੇਂ ਬੱਚਿਆਂ ਨੂੰ ਉਹਨਾਂ ਨਿਯਮਾਂ ਦੇ ਨਾਲ ਜੋੜਨਾ, ਉਹਨਾਂ ਸਿਧਾਂਤਾਂ ਦੇ ਨਾਲ ਜੋੜਨਾ, ਉਹਨਾਂ ਦਾ ਆਚਰਨ ਜਿਹੜਾ ਉਹਨੂੰ ਮਜ਼ਬੂਤ ਕਰਨਾ। ਗੁਰਬਾਣੀ ਸਾਰੀ ਜਿਹੜੀ ਹੈ ਉਹ ਸਾਡੇ ਆਚਰਨ ਨੂੰ ਮਜ਼ਬੂਤ ਕਰਨ ਲਈ ਪ੍ਰੇਰਣਾ ਸਰੋਤ ਹੈ, ਜਿੱਥੇ ਉਹਨੂੰ ਪੜ੍ਹਨਾ ਵੀ ਹੈ ਉੱਥੇ ਉਹਨਾਂ ਗੁਰਬਾਣੀ ਦੇ ਜਿਹੜੇ ਅਸੂਲ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਵੀ ਢਾਲਣਾ ਹੈ। ਅਤੇ ਮੈਂ ਸਮਝਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲਏਗਾ, ਜਿਹੜਾ ਬਾਣੀ ਦਾ ਆਸਰਾ ਲਏਗਾ ਅਤੇ ਜਿਹੜਾ ਬਾਣੀ ਨੂੰ ਆਪਣੇ ਜੀਵਨ 'ਚ ਢਾਲੇਗਾ, ਕੋਈ ਕਾਰਨ ਨਹੀਂ ਉਹਦੇ ਫੇਲੀਅਰ ਦਾ, ਉਹ ਹਮੇਸ਼ਾ ਵਾਹਿਗੁਰੂ ਨੂੰ ਸਕਸੈਸ ਬਖਸ਼ੇਗਾ। ਔਰ ਮੈਂ ਆਪਣੇ ਤੌਰ 'ਤੇ ਸਮਝਾਂ ਵੀ ਸਿੱਖਾਂ ਦਾ ਭਵਿੱਖ ਜਿਹੜਾ ਇੰਡੀਆ ਜੀ ਨਹੀਂ ਪੂਰੇ ਵਰਲਡ ਦੇ 'ਚ ਬੜਾ ਉਪਜਲ ਹੈ, ਔਰ ਅਸੀਂ ਆਪਣੀਆਂ ਕਦਰਾਂ ਕੀਮਤਾਂ ਨਾਲ ਅਸੀਂ ਉੱਚੇ ਚਰਨ ਦੇ ਨਾਲ ਇਸ ਗੱਲ ਨੂੰ ਹੋਰ ਚਾਰ ਚੰਨ ਲਾਵਾਂਗੇ, ਔਰ ਦੁਨੀਆ ਵਿੱਚ ਜਿਹੜਾ ਗੁਰੂ ਮਹਾਰਾਜ ਦਾ ਉਪਦੇਸ਼ ਹੈ ਉਸਦੀ ਸਿੱਖਿਆ ਪਹੁੰਚਾਵਾਂਗੇ। ਬਿਲਕੁਲ, ਅਤੇ ਇੱਕ ਸਿਧਾਂਤ ਸਾਨੂੰ ਹੋਰ ਵਿਰਾਸਤ ਦੇ ਵਿੱਚ ਮਿਲਿਆ, ਉਹ ਸਿਧਾਂਤ ਸੀਗਾ ਜੀ ਮੀਰੀ ਪੀਰੀ ਦਾ ਸਿਧਾਂਤ। ਛੇਵੀਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਸਾਨੂੰ ਦੇ ਗਏ ਸੀਗੇ। ਮੀਰੀ ਪੀਰੀ ਦੀ ਕਿੰਨੀ ਲੋੜ ਹੈਗੀ ਹੈ, ਉਸ ਗੱਲ ਦੀ ਕਿੰਨੀ ਲੋੜ ਹੈਗੀ ਹੈ, ਉਹ ਬੱਚਿਆਂ ਨੂੰ ਕਿਸ ਤਰੀਕੇ ਨਾਲ ਸਿਖਾਇਆ ਜਾ ਸਕੇ, ਜਿਵੇਂ ਮਾਸਟਰ ਜੀ ਨੇ ਕਿਹਾ ਕਿ ਬਾਣੀ ਅਤੇ ਬਾਣੇ ਦੇ ਨਾਲ ਜੋੜਨ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ। ਰਘੁਬੀਰ ਸਿੰਘ ਜੀ ਇੱਥੇ ਮੌਜੂਦ ਨੇ, ਰਘੁਬੀਰ ਸਿੰਘ ਜੀ ਮੀਰੀ ਪੀਰੀ ਦਾ ਸਿਧਾਂਤ ਕਿੰਨੀ ਕੋਈ ਵੈਲਿਊ ਰੱਖਦਾ ਸਾਡੀ ਕੌਮ ਦੇ ਵਿੱਚ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੇਂ ਦੀ ਲੋੜ ਦੇ ਮੁਤਾਬਕ ਛੇਵੀਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਨ ਕੇ
ਇਹ ਸੰਸਾਰ ਨੂੰ ਮੈਸੇਜ ਦਿੱਤਾ ਜਿੱਥੇ ਅਸੀਂ ਭਗਤੀ ਕਰਨੀ ਹੈ ਉਸ ਦੇ ਨਾਲ ਸਾਨੂੰ ਆਪਣੀ ਸਵੈ ਰੱਖਿਆ ਵਾਸਤੇ ਜੋ ਸ਼ਕਤੀ ਰੱਖਣ ਵਾਸਤੇ ਜੋ ਮੀਰੀ ਹੈ ਜੋ ਕਿਰਪਾਨ ਹੈ ਉਸਦੀ ਵੀ ਸਾਨੂੰ ਕੋਲ ਰੱਖਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਸਾਨੂੰ ਮੀਰੀ ਅਤੇ ਪੀਰੀ ਦੋਨੇ ਧਾਰਨਾ ਕਰਕੇ ਹੀ ਚੱਲਣਾ ਚਾਹੀਦਾ ਹੈ, ਤਾਂ ਹੀ ਅਸੀਂ ਆਪਣੀ ਆਪਣੀ ਰੱਖਿਆ ਕਰ ਸਕਦੇ ਹਾਂ। ਅਸੀਂ ਕਿਸੇ ਦਾ ਵਾਅਦਾ ਨਹੀਂ ਕਰਨਾ, ਪਰ ਇਹ ਨਹੀਂ ਕਿ ਸਾਡੇ ਨਾਲ ਕੋਈ ਨਜਾਇਜ਼ ਕਰੇ ਅਤੇ ਅਸੀਂ ਆਪਣੀ ਸਵੈ ਰੱਖਿਆ ਵੀ ਨਾ ਕਰ ਸਕੀਏ। ਮੀਰੀ ਪੀਰੀ ਦਾ ਸਿਧਾਂਤ ਸਿੱਖੀ ਵਿੱਚ ਬਹੁਤ ਹੀ ਵੱਡਾ ਸਿਧਾਂਤ ਹੈ। ਜਿੱਥੇ ਆਪਾਂ ਗੁਰੂ ਦੀ ਗੱਲ ਕਰਦੇ ਹਾਂ ਉਸ ਦੇ ਨਾਲ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ 'ਤੇ ਵੀ ਚੱਲਣਾ ਚਾਹੀਦਾ ਹੈ। ਜਿੱਥੇ ਅਸੀਂ ਗੁਰੂ ਘਰਾਂ ਵਿੱਚ ਵੱਡੇ ਦਿਨ ਮਨਾਉਂਦੇ ਹਾਂ ਉਸ ਦੇ ਨਾਲ ਸਾਨੂੰ ਉਹਨਾਂ ਦਿਨਾਂ 'ਤੇ ਉਹਨਾਂ ਮਨਾਉਣ 'ਤੇ ਅਮਲੀ ਜਾਮਾ ਜੋ ਹੈ ਉਹ ਪਹਿਨਣਾ ਚਾਹੀਦਾ ਹੈ। ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਮਾਤਾ ਗੁਜਰ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਅੱਜ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਵਿੱਚ ਬਹੁਤ ਵੱਡੇ ਪੱਧਰ 'ਤੇ ਮਨਾਈ ਗਈ ਅਤੇ ਛੋਟੇ ਛੋਟੇ ਬੱਚਿਆਂ ਨੇ ਕਿਸ ਤਰ੍ਹਾਂ ਬਹੁਤ ਵਧੀਆ ਤਰੀਕੇ ਨਾਲ ਗੱਤਕੇ ਦੇ ਜ਼ੋਰ ਦਿਖਾਏ। ਅਸੀਂ ਇੱਥੇ ਸਕੂਲ ਪੰਜਾਬੀ ਹੈ ਉਹ ਵੀ ਚਲਾਇਆ ਹੋਇਆ ਹੈ, ਸਾਡੇ ਜੋ ਬੱਚੇ ਹਨ ਉਹ ਪੰਜਾਬੀ ਪੜ੍ਹਦੇ ਹਨ, ਗੁਰਬਾਣੀ ਜੋ ਹੈ ਉਹ ਪੰਜਾਬੀ ਵਿੱਚ ਪੜ੍ਹ ਲੈਂਦੇ ਹਨ। ਸੋ ਗੁਰੂ ਘਰਾਂ ਦੇ ਵਿੱਚ ਜਿੱਥੇ ਅਸੀਂ ਪ੍ਰੋਗਰਾਮ ਬਣਾਉਂਦੇ ਹਾਂ ਉਸ ਦੇ ਨਾਲ ਹੀ ਬੱਚਿਆਂ ਨੂੰ ਵੀ ਪੰਜਾਬੀ ਵਾਲੇ ਪਾਸੇ ਸਿੱਖੀ ਵਾਲੇ ਪਾਸੇ ਲਾ ਰਹੇ ਹਾਂ, ਇਹ ਬਹੁਤ ਜ਼ਰੂਰਤ ਹੈ ਅੱਜ ਦੀ, ਕਿਉਂਕਿ ਇਹਨਾਂ ਕੰਟਰੀਆਂ ਦੇ ਵਿੱਚ ਜਿਨ੍ਹਾਂ ਨੇ ਆਪਣੇ ਬੱਚੇ ਸਾਂਭਲੇ ਉਹਨਾਂ ਨੇ ਆਪਣਾ ਸਭ ਕੁਝ ਸਾਂਭ ਲਿਆ, ਆਪਣਾ ਉਹ ਬੂਟਾ ਉਹਨਾਂ ਨੇ ਸਾਂਭ ਕੇ ਰੱਖ ਲਿਆ, ਉਹ ਵਿਰਾਸਤ ਸਾਂਭ ਕੇ ਰੱਖ ਲਈ। ਮੈਂ ਇਸ ਗੱਲ ਤੋਂ ਤੁਹਾਡੇ ਨਾਲ ਸਹਿਮਤੀ ਰੱਖਦਾ, ਲੇਕਿਨ ਮੇਰਾ ਇੱਕ ਸਵਾਲ ਹੋਰ ਜ਼ਹਿਨ ਦੇ ਵਿੱਚ ਮੇਰੇ ਚੱਲਦਾ। ਹਿੰਮਤ ਸਿੰਘ ਜੀ ਸਰਪੰਚ ਮੇਰੇ ਨਾਲ ਮੌਜੂਦ ਨੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਵਾਲ ਮੇਰਾ ਬਣਦਾ ਕਿ ਅੱਜ ਕੀ ਸਾਨੂੰ ਲੱਗਦਾ ਕਿ ਹੋਰ ਗੁਰਦੁਆਰੇ ਦੀ ਲੋੜ ਹੈ ਜਾਂ ਫਿਰ ਹੋਰ ਸਕੂਲਾਂ ਦੀ ਲੋੜ ਹੈ ਜਾਂ ਫਿਰ ਸਾਨੂੰ ਹੋਰ ਬੱਚਿਆਂ ਨੂੰ ਐਜੂਕੇਟ ਕਰਨ ਦੀ ਲੋੜ ਹੈ, ਜਿਵੇਂ ਅੱਜ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵਿਖੇ ਯਾਨੀ ਕਿ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਉਸ ਗੱਲ ਨੂੰ ਅਮਲੀ ਜਾਮਾ ਅਪਣਾਇਆ ਤਾਂ ਜਾ ਰਿਹਾ, ਲੇਕਿਨ ਲੱਗਦਾ ਕਿ ਇੱਕ ਸਕੂਲ ਦੀ ਵੀ ਲੋੜ ਹੈ ਜਿੱਥੇ ਬੇਸਿਕ ਪ੍ਰਿੰਸੀਪਲ ਆਫ ਸਿੱਖੀ ਉਹ ਬੱਚਿਆਂ ਨੂੰ ਦੱਸੀ ਜਾ ਸਕੇ ਔਰ ਬੱਚੇ ਉਹਦੇ ਨਾਲ ਜੁੜਨ, ਕਿਉਂਕਿ ਕਈ ਅਜਿਹੇ ਪੇਰੈਂਟਸ ਵੀ ਹਨ ਜੋ ਕਿ ਚਾਹੁੰਦੇ ਹਨ ਕਿ ਸਾਡਾ ਬੱਚਾ ਜਿਹੜਾ ਉਹ ਅਜਿਹੇ ਸਕੂਲ ਦੇ ਵਿੱਚ ਜਾਵੇ ਜਿੱਥੇ ਉਹਨੂੰ ਡਿਵਨਿਟੀ ਯਾਨੀ ਕਿ ਡਿਵਨਿਟੀ ਸਿੱਖ ਹਿਸਟਰੀ ਬਾਰੇ ਵੀ ਪਤਾ ਚੱਲ ਸਕੇ ਔਰ ਵੱਧ ਤੋਂ ਵੱਧ ਜਿਹੜੇ ਹੋਰ ਸਬਜੈਕਟਸ ਹਨ, ਮੈਥਮੈਟਿਕਸ, ਸਾਇੰਸ, ਸੋਸ਼ਲ ਸਟੱਡੀਜ਼, ਇਨਵਾਇਰਮੈਂਟ ਸਟੱਡੀ, ਜਿਹੜੇ ਹੋਰ ਵੱਖ ਵੱਖ ਸਬਜੈਕਟਸ ਹਨ ਅਮੈਰੀਕਾ ਦੀ ਧਰਤੀ ਦੇ ਉੱਤੇ, ਉਹਨਾਂ ਬਾਰੇ ਵੀ ਪੜ੍ਹਾਈ ਕਰ ਸਕੇ, ਨਾਲ ਆਪਣੀ ਡਿਵਨਿਟੀ ਯਾਨੀ ਕਿ ਸਿੱਖ ਕੌਮ ਬਾਰੇ ਵੀ ਪੜ੍ਹ ਸਕੇ। ਅਤੇ ਹਿੰਮਤ ਸਿੰਘ ਜੀ, ਤੁਹਾਨੂੰ ਲੱਗਦਾ ਇਸ ਗੱਲ ਦੀ ਲੋੜ ਹੈਗੀ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰੇ ਸਾਡੇ ਕੋਲ ਤਕਰੀਬਨ ਨਿਊਯਾਰਕ ਵਿੱਚ 10-15 ਬਣ ਚੁੱਕੇ ਨੇ, ਪਰ ਸਾਨੂੰ ਲੋੜ ਹੈ ਕਿ ਹੁਣ ਐਜੂਕੇਸ਼ਨ ਦੀ, ਕਿ ਜਿਹੜੇ ਸਕੂਲ ਦੇ ਸਾਡੇ ਕਮ ਸੇ ਕਮ ਹਰ ਏਰੀਏ ਦੇ ਵਿੱਚ ਇੱਕ ਇੱਕ ਸਕੂਲ ਖੋਲ੍ਹਿਆ ਜਾਏ ਜਿਹੜਾ ਪੰਜਾਬੀ ਦਾ ਸਕੂਲ ਹਾਈ ਸਕੂਲ ਤੱਕ ਹੋਵੇ, ਔਰ ਉਸ ਤੋਂ ਅੱਗੇ ਕਾਲਜ ਬਣਦੇ, ਕਾਲਜ ਆਉਂਦੇ ਨੇ, ਯੂਨੀਵਰਸਿਟੀਆਂ ਆਉਂਦੀਆਂ। ਪਰ ਸਭ ਤੋਂ ਪਹਿਲਾਂ ਮੈਂ ਕਹਿੰਦਾ ਹੁਣ ਸਾਨੂੰ ਸਕੂਲ ਦੀ ਜ਼ਰੂਰਤ ਹੈ ਕਿ ਬੱਚੇ ਜਿਹੜੇ ਨੇ ਉਹ ਪੜ੍ਹਨ, ਪੜ੍ਹ ਕੇ, ਕਿਉਂਕਿ ਗੁਰਦੁਆਰੇ 'ਚ ਅਸੀਂ ਗੁਰਬਾਣੀ ਸਿਖਾ ਸਕਦੇ ਹਾਂ, ਪੰਜਾਬੀ ਸਿਖਾ ਸਕਦੇ ਹਾਂ, ਅਸੀਂ ਇਹਨਾਂ ਨੂੰ ਹੋਰ ਕੋਈ ਵੀ ਜਿੱਦਾਂ ਤੁਸੀਂ ਦੱਸਿਆ ਆਪਾਂ ਕੋਈ ਮੈਥ, ਕੋਈ ਸੋਸ਼ਲ ਸਟੱਡੀ, ਕੋਈ ਵੀ ਜਿਹੜੀ ਇੱਦਾਂ ਦੀ ਚੀਜ਼ ਜਿਹੜੀ ਕਿ ਅੱਗੇ ਸਾਨੂੰ ਸਾਇੰਸ ਦੇ ਕੰਮ ਆਉਂਦੀ ਹੈ, ਸਾਇੰਸ ਨਹੀਂ ਪੜ੍ਹਾ ਸਕਦੇ, ਉਹ ਬੱਚਿਆਂ ਨੇ ਪੜ੍ਹਨੀ ਹੈ। ਬੱਚੇ ਪੜ੍ਹ ਕੇ ਉਸ ਨੂੰ ਇਸ ਜਿਹੜੇ ਅਮੈਰੀਕਾ ਦੇ ਵਿੱਚ ਇੱਥੇ ਦਾ ਸਿਸਟਮ ਹੈ, ਇੱਥੇ ਵੱਡੀਆਂ ਜੋਬਾਂ 'ਤੇ ਜਾਣਾ, ਉਹ ਬੱਚੇ ਤਾਂ ਹੀ ਜਾ ਸਕਦੇ ਨੇ ਅਗਰ ਅਸੀਂ ਵੱਡੇ ਲੈਵਲ 'ਤੇ ਇੱਥੇ ਸਕੂਲ ਬਣਾਈਏ। ਸਭ ਤੋਂ ਪਹਿਲਾਂ ਮੈਂ ਕਹਿੰਦਾ ਕਿ ਅਸੀਂ ਹੋਰ ਬੜੇ ਕਹਿੰਦੇ ਪਏ ਗੁਰਦੁਆਰੇ ਬਣਾ ਲਈਏ। ਗੁਰਦੁਆਰੇ ਵੀ ਸਾਨੂੰ ਜ਼ਰੂਰੀ ਨੇ, ਕਿਉਂਕਿ ਜਿੱਥੋਂ ਸਾਨੂੰ ਸਿੱਖਿਆ ਮਿਲਦੀ, ਗੁਰੂ ਗ੍ਰੰਥ ਸਾਹਿਬ ਹੈ, ਅਸੀਂ ਜੁੜੇ ਹਾਂ ਗੁਰੂ ਗ੍ਰੰਥ ਸਾਹਿਬ ਨਾਲ, ਗੁਰੂ ਆ ਕੇ ਸੁਬਾਹ ਸ਼ਾਮੀ ਮੱਥਾ ਟੇਕਦੇ ਹਾਂ, ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ। ਪਰ ਜਿਹੜੇ ਸਕੂਲ ਵੀ ਜ਼ਰੂਰੀ ਨੇ, ਪਰ ਇਹਦਾ ਅੱਗੇ ਸਾਡੇ ਜਿਹੜੇ ਸਾਰੇ ਲੀਡਰ ਅਸੀਂ ਵੀ ਵਿੱਚ ਹੀ ਆਉਂਦੇ ਹਾਂ, ਸਾਰੇ ਗੁਰੂ ਘਰਾਂ ਨੂੰ ਮੈਂ ਬੇਨਤੀ ਕਰਨਾ, ਜਿੰਨੇ ਵੀ ਸਾਡੇ ਟ੍ਰਾਈ ਸਟੇਟ ਦੇ ਨੇ, ਮੈਂ ਕਹਿੰਦਾ ਕਿ ਸਾਰੇ ਇੱਕ ਆਪਾਂ ਇੱਕ ਵੱਡਾ ਸਕੂਲ, ਹਾਈ ਸਕੂਲ ਇੱਥੇ ਬਣਾਈਏ ਜਿੱਥੇ ਸਾਡੇ ਬੱਚੇ ਪੜ੍ਹ ਕੇ ਅੱਗੇ ਆਉਣ, ਔਰ ਅੱਗੇ ਆ ਕੇ ਦੇ ਸਿਸਟਮ ਜਿਹੜਾ ਅਗਲੀ ਪੜ੍ਹਾਈ 'ਚ ਜਾਣਾ ਉਹਨਾਂ ਨੇ ਕਾਲਜ ਵਿੱਚ, ਯੂਨੀਵਰਸਿਟੀ ਵਿੱਚ, ਉੱਥੇ ਜਾ ਕੇ ਉਹ ਦੱਸਣ ਕਿ ਸਾਡੇ ਸਿੱਖਾਂ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਕੀ ਕਰ ਗਏ ਨੇ ਔਰ ਕਿੰਨੀਆਂ ਕੁਰਬਾਨੀਆਂ ਕਰ ਗਏ ਨੇ। ਇਹ ਹਜੇ ਤੱਕ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ, ਕਈ ਜਗ੍ਹਾ 'ਤੇ ਹਜੇ ਤੱਕ ਇਹ ਨਹੀਂ ਪਤਾ ਕਿ ਸਾਡੇ ਅਸੀਂ ਸਿੱਖ ਹਾਂ, ਉਹ ਸਾਨੂੰ ਸਿੱਖ ਨਹੀਂ, ਸਲਾਮਾਂ ਲੇਖਮੀ ਕਹੀ ਜਾਂਦੇ ਨੇ। ਆਹ ਮਨਹਾਟਨ 'ਚ ਵੀ ਅਜੇ ਕਈ ਵਾਰੀ ਸੁਣਿਆ ਕਿ ਉਹਨਾਂ ਲੋਕਾਂ ਨੂੰ ਅਜੇ ਪਤਾ ਹੀ ਨਹੀਂ ਹੈ ਕਿ ਜਿਵੇਂ ਜਿਵੇਂ ਸਾਡਾ ਅਸੀਂ ਅੱਗੇ ਇਹਨੂੰ ਬੱਚਿਆਂ ਨੂੰ ਤਰੱਕੀ ਵੱਲ ਜਾਵਾਂਗੇ, ਜਿੱਦਾਂ ਹੁਣ ਸਿੱਖ ਰਹੇ ਨੇ ਜਿਹੜੇ ਕਿ ਅਕਾਲ ਸਾਡਾ ਗੱਤਕਾ ਜਿਹੜਾ ਗਰੁੱਪ ਹੈ ਇਹ ਵੀ ਬਹੁਤ ਵਧੀਆ ਇੱਥੇ ਕਰ ਰਿਹਾ, ਇੱਥੋਂ ਸਿੱਖ ਰਿਹਾ ਸਾਰਾ ਕੁਝ, ਕਿ ਪੜ੍ਹ ਵੀ ਰਹੇ ਨੇ ਔਰ ਪੜ੍ਹਾਈ 'ਚ ਵੀ ਅੱਗੇ ਆ ਰਹੇ ਨੇ। ਇਸੇ ਤਰ੍ਹਾਂ ਹੀ ਇਹ ਬੱਚੇ ਜਿਵੇਂ ਜਿਵੇਂ ਅੱਗੇ ਜਾ ਕੇ ਜੋਬਾਂ 'ਤੇ, ਵੱਡੀਆਂ ਜੋਬਾਂ 'ਤੇ ਜਾਣਗੇ, ਉੱਥੋਂ ਸਾਨੂੰ ਪਤਾ ਲੱਗੇਗਾ ਕਿ ਸਾਡੇ ਬੱਚੇ ਜਿਹੜੇ ਨੇ। ਇਸ ਗੱਲ ਤੋਂ ਜ਼ਰੂਰ ਸਹਿਮਤੀ ਰੱਖਦਾ ਹਿੰਮਤ ਸਿੰਘ ਜੀ ਦੀ, ਕਿ ਇਹਨਾਂ ਨੇ ਕਿਹਾ ਕਿ ਅਸੀਂ ਸਿਟੀ ਦੇ ਵਿੱਚ ਜਾਂਦੇ ਹਾਂ ਅਤੇ ਅਸੀਂ ਜਦ ਕਹਿੰਦੇ ਕਿ ਅਸੀਂ ਸਿੱਖ ਹਾਂ ਤਾਂ, ਲੇਕਿਨ ਅਮੈਰੀਕਾ ਦੀ ਮੈਂ ਸ਼ਬਦਾਵਲੀ ਦੇ ਵਿੱਚ ਕਹਾਂ ਤਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਬਿਮਾਰ ਹਾਂ ਸਿੱਖ, ਯਾਨੀ ਕਿ ਦੇ ਅੰਡਰਸਟੈਂਡ ਕਿ ਵੀ ਆਰ SICK, ਵੀ ਆਰ ਨੋਟ SIKH, ਕਹਿਣ ਦਾ ਭਾਵ ਹੈ ਅਤੇ ਲੋੜ ਹੈਗੀ ਕਿ ਅਸੀਂ ਬਿਮਾਰ
ਇਸ ਵੇਲੇ ਇੱਥੇ ਆਪਾਂ ਸਾਰੇ ਜਿਹੜੇ ਇਕੱਠੇ ਹੋਏ ਹਾਂ ਉਹੀ ਕੌਮਾਂ ਜਿੱਤਦੀਆਂ ਔਰ ਦੁਨੀਆ ਦੇ ਵਿੱਚ ਰਹਿੰਦੀਆਂ ਜਿਹੜੀਆਂ ਆਪਣੀ ਪਨੀਰੀ ਨੂੰ ਸਾਂਭਦੀਆਂ। ਇਸੇ ਉਪਰਾਲੇ ਦੇ ਵਿੱਚ ਹੀ ਗੁਰਦੁਆਰਾ ਮੱਖਣ ਸ਼ਾਹ ਲੁਬਾਣਾ ਦੇ ਵਿੱਚ ਇਹ ਜਿਹੜਾ ਛੋਟੇ ਸਾਹਿਬਜ਼ਾਦੇ ਨੂੰ ਅਤੇ ਬੜੇ ਸਾਹਿਬਜ਼ਾਦੇ ਨੂੰ ਸ਼ਹੀਦੀ ਦਿਵਸ ਮਨਾਉਂਦੇ ਹੋਏ ਇਹ ਜਿਹੜਾ ਆਪਣਾ ਜਿਹੜਾ ਹੈਗਾ ਇਹ ਗੱਤਕੇ ਦੇ ਜੋਹਰ ਦਿਖਾਏ ਗਏ। ਅਸੀਂ ਆਪਣੀ ਪਨੀਰੀ ਨੂੰ ਸਾਂਭ ਰਹੇ ਹਾਂ। ਇਹਦੇ ਵਿੱਚੋਂ ਸਭ ਤੋਂ ਵੱਡੀ ਮਾਣ ਦੀ ਗੱਲ ਇਹ ਵੀ ਹੈਗੀ ਆ ਵੀ ਸਾਡੀ ਜਿਹੜੀ ਇਹ ਟੀਮ ਹੈਗੀ ਆ ਇਹ ਅਮਰੀਕਨ ਆਈਡਲ ਦੇ ਵਿੱਚ ਵੀ ਸ਼ੋਅ ਕਰਕੇ ਆਈ ਹੈ ਤਾਂ ਉੱਥੋਂ ਤਕਰੀਬਨ 6 ਜੱਜਸ ਨੇ ਅਪਰੂਵ ਕਰ ਦਿੱਤਾ। ਇਹਦੇ ਬਾਅਦ ਸ਼ਾਇਦ ਸਾਨੂੰ ਜਲਦੀ ਹੀ ਲਾਸ ਵੇਗਸ ਦੇ ਵਿੱਚ ਵੀ ਲਾਸ ਵੇਗਸ ਜਾਣ ਦਾ ਵੀ ਮੌਕਾ ਮਿਲ ਸਕਦਾ। ਬਹੁਤ ਹੀ ਅਹਿਮ ਗੱਲ ਹੈ। ਲੇਕਿਨ ਅੱਜ ਕਿਉਂ ਲੋੜ ਹੋ ਰਹੀ ਹੈ, ਅੱਜ ਕਿਉਂ ਕੁਰਸੀ ਦੇ ਪਿੱਛੇ ਭੱਜਣ ਦੀ ਗੱਲ ਹੋ ਰਹੀ ਹੈ ਕਿ ਕੁਰਸੀ ਸਾਂਭਣ ਦੀ ਗੱਲ ਹੋ ਰਹੀ ਹੈ, ਕੁਰਸੀ 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 ਹੋ ਰਹੀ ਹੈ, ਲੇਕਿਨ ਇਹ ਕੁਰਸੀ ਦਾ ਜਵਾਬ ਤਾਂ ਚੇਅਰਮੈਨ ਹੀ ਦੇ ਸਕਦਾ ਨਾ, ਕਿਉਂਕਿ ਚੇਅਰ ਆਉਂਦੀ ਹੈ ਉਸ ਦੇ ਵਿੱਚ, ਮੇਰੇ ਨਾਲ ਮੌਜੂਦ ਹਨ। ਲੇਕਿਨ ਇਹਨਾਂ ਦੀ ਜੇਕਰ ਮੈਂ ਗੱਲ ਕਰ ਲਾਂ, ਬਹੁਤ ਇਹਨਾਂ ਨੇ ਕੌਮ ਦੇ ਲਈ ਯੋਗਦਾਨ ਆਪਣੇ ਪਾਏ ਹਨ। ਔਰ ਜਦ ਗੱਲ ਆਉਂਦੀ ਹੈ ਚੇਅਰਮੈਨ ਦੀ, ਤਾਂ ਚੇਅਰਮੈਨ ਦੀ ਰਿਸਪੋਂਸੀਬਿਲਟੀ ਕੀ ਹੈ, ਕਿਸ ਤਰੀਕੇ ਨਾਲ ਅੱਜ ਜਿਵੇਂ ਅਮਲੀ ਜਾਮਾ ਪਹਿਨਾਇਆ ਜਾ ਰਿਹਾ, ਅਤੇ ਮੈਂ ਜ਼ਰੂਰ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਪ੍ਰੀਤਮ ਸਿੰਘ ਜੀ ਹੋਰਾਂ ਦਾ ਵੀ, ਅਤੇ ਨਾਲ ਸਤਨਾਮ ਸਿੰਘ ਜੀ ਹੋਰਾਂ ਦਾ ਵੀ, ਅਤੇ ਗੁਰਮੇਹ ਜੀ ਵੀ ਮੇਰੇ ਨਾਲ ਮੌਜੂਦ ਨੇ, ਅਤੇ ਕਿੰਨੀ ਕੁ ਲੋੜ ਹੈਗੀ ਅੱਜ, ਤੁਸੀਂ ਵੀ ਚੇਅਰਮੈਨ ਹੋ, ਤੁਸੀਂ ਵੀ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ ਔਰ ਅਹਿਮ ਜਿਹੜੇ ਵਿਰਾਸਤ ਸੀਗੀ ਸਾਡੀ ਉਹ ਦੱਸਣ ਦੀ ਗੱਲ ਕਰ ਰਹੇ ਹੋ, ਅਤੇ ਕੀ ਕਹਿਣਾ ਚਾਹੋਗੇ ਉਹਨਾਂ ਸਾਰੇ ਪ੍ਰਬੰਧਕਾਂ ਦੇ ਲਈ ਜੋ ਕਿ ਹੋਰ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁੱਜਰ ਕੌਰ ਜੀ ਦੇ ਸ਼ਹੀਦੀ ਦਿਵਸ 'ਤੇ ਬਹੁਤ ਸੰਗਤਾਂ ਨਾਲ ਦੇ ਸਹਿਯੋਗ ਨਾਲ ਮਨਾਇਆ ਗਿਆ, ਜਿੱਥੇ ਜ਼ੋਰਾਵਰ ਬਾਬਾ ਫਤਿਹ ਸਿੰਘ ਅਤੇ ਜ਼ੋਰਾਵਰ ਫਤਿਹ ਸਿੰਘ ਦੇ ਵਜ਼ੀਰ ਖਾਨ ਨੇ ਬੜੇ ਤਸੀਹੇ ਅਤੇ ਉਹਨਾਂ ਨੂੰ ਲਾਲਚ ਦਿੱਤੇ ਅਤੇ ਉਹਨਾਂ ਨੇ ਉਹਨਾਂ ਦੀ ਕੋਈ ਗੱਲ ਨਾ ਮੰਨਦੇ ਹੋਏ ਉਹਨਾਂ ਨੂੰ ਨੀਹਾਂ ਵਿੱਚ ਚੁਣਾ ਕੇ ਸ਼ਹੀਦ ਕੀਤਾ ਗਿਆ। ਉਹ ਅਸੀਂ ਬਾਬਾ ਮੱਖਣ ਸ਼ਾਹ ਲਾਉਣਾ ਗੁਰੂ ਘਰ ਵੱਲੋਂ ਉਹਨਾਂ ਨੂੰ ਸਾਰਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਉਸ ਤੋਂ ਬਾਅਦ ਸਾਡੇ ਜੋ ਅਕਾਲ ਗਤਕਾ ਗਰੁੱਪ ਹੈ ਉਹ ਬੱਚੇ ਜੋ ਕਿ ਹਰ ਸਾਲ ਦੀ ਤਰ੍ਹਾਂ ਉਹਨਾਂ ਨੇ ਜ਼ੋਰ ਦਿਖਾਏ ਅਤੇ ਸੰਗਤਾਂ ਨੂੰ ਨਿਹਾਲ ਕੀਤਾ। ਮੈਂ ਬਾਬਾ ਮੱਖਣ ਸ਼ਾਹ ਲਵਾਣਾ ਗੁਰੂ ਘਰ ਦੇ ਚੇਅਰਮੈਨ ਸਤਨਾਮ ਸਿੰਘ ਭਲਵਾਨ, ਇਹ ਅਸੀਂ ਹਮੇਸ਼ਾ ਹੀ ਇਹ ਉਪਰਾਲੇ ਕਰਦੇ ਰਹਾਂਗੇ ਕਿ ਸਿੱਖ ਕੌਮ ਲਈ ਸਿੱਖ ਜੋ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਿੱਖੀ ਸੌਂਪੀ ਸੀ ਉਹਨੂੰ ਅੱਗੇ ਵਧਾਈਏ ਅਤੇ ਸਾਰੇ ਹੀ ਪ੍ਰਬੰਧਕਾਂ ਨੂੰ ਔਰ ਸਾਰੇ ਗੁਰਦੁਆਰਿਆਂ ਨੂੰ ਇਹ ਲੋੜ ਹੈ ਕਿ ਇਹ ਸਿੱਖੀ ਨੂੰ ਬੱਚਿਆਂ ਨੂੰ ਆਪਣੀ ਸਿੱਖੀ ਨਾਲ ਜੋੜਨ। ਇੰਨਾ ਹੀ ਕਹਿੰਦਾ ਹੋਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਗੁਰੂ ਘਰ ਦੇ ਵਿੱਚ ਨਿਊਯਾਰਕ ਦੇ ਵਿੱਚ ਬੜੇ ਵੱਡੇ ਪੱਧਰ 'ਤੇ ਬਾਬਾ ਜ਼ੋਰਾ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁੱਜਰ ਕੌਰ ਦਾ ਦਿਹਾੜਾ ਬੜੇ ਵੱਡੇ ਪੱਧਰ 'ਤੇ ਮਨਾਇਆ ਹੈ। ਮੈਂ ਸਮਝਦਾ ਹਾਂ ਕਿ ਜੋ ਸਾਡੀ ਫੁਲਵਾੜੀ ਹੈ, ਇੱਥੋਂ ਦੀ ਕਮੇਟੀ ਨੇ, ਇੱਥੋਂ ਦੇ ਪ੍ਰਬੰਧਕਾਂ ਨੇ, ਸਾਰੇ ਹੀ ਜਿੰਨੇ ਹੀ ਪ੍ਰਬੰਧਕ ਤੁਸੀਂ ਅੱਜ ਜਸ ਪੰਜਾਬੀ 'ਤੇ ਜੋ ਦੇਖ ਰਹੇ ਹੋ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਦੇ, ਇਹਨਾਂ ਨੇ ਬੜਾ ਵੱਡਾ ਉਪਰਾਲਾ ਕਰਕੇ ਜੋ ਸਿੱਖ ਕੌਮ ਦੇ ਵਾਸਤੇ, ਸਿੱਖੀ ਵਾਸਤੇ ਬੱਚਿਆਂ ਨੂੰ ਜੋ ਪ੍ਰੇਰਣਾ ਹਰ ਸਮੇਂ ਦਿੰਦੇ ਹਨ। ਹੁਣੇ ਹੀ ਤੁਸੀਂ ਦੇਖ ਰਹੇ ਹੋ, ਅਸੀਂ ਇਹੋ ਹੀ ਦੇਖ ਰਿਹਾ ਕਿ ਜਿਵੇਂ ਅੱਜ ਚਮਕੌਰ ਸਾਹਿਬ ਸਰਹੰਦ ਦੇ ਵਿੱਚ ਜੋ ਉਹ ਇੱਥੇ ਹੀ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਗੁਰੂ ਘਰ ਦੇ ਵਿੱਚ ਬੱਚਿਆਂ ਨੇ ਬੜੇ ਵੱਡੇ ਪੱਧਰ 'ਤੇ ਜ਼ੋਰ 'ਤੇ ਜੋ ਗੱਤਕੇ ਦੇ ਜ਼ੋਰ ਦਿਖਾਏ ਹਨ, ਸਾਨੂੰ ਇਹੋ ਹੀ ਸ਼ਹੀਦਾਂ ਨੂੰ ਪ੍ਰਣਾਮ ਅਸੀਂ ਕਰਦੇ ਹਾਂ। ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ 'ਤੇ ਅਸੀਂ ਚੱਲੀਏ ਅਤੇ ਆਪਣੀ ਫੁਲਵਾੜੀ ਨੂੰ, ਆਪਣੇ ਵਿਰਸੇ ਨੂੰ ਅਸੀਂ ਸਾਂਭੀਏ। ਇਹੋ ਹੀ ਮੈਂ ਅਰਦਾਸ ਕਰਦਾ ਹਾਂ ਸਭਨਾ ਪਰਿਵਾਰਾਂ ਨੂੰ, ਸਭਨਾ ਰਿਸ਼ਤੇਦਾਰਾਂ, ਸਭਾਂ ਦੋਸਤਾਂ ਨੂੰ ਬੇਨਤੀ ਕਰਦਾ ਹਾਂ ਆਪਣੇ ਬੱਚਿਆਂ ਨੂੰ ਗੁਰੂ ਘਰ ਲਿਆ ਕੇ ਗੁਰੂ ਨਾਲ ਜੋੜੋ ਔਰ ਸਿੱਖੀ ਸਿਧਾਂਤਾਂ 'ਤੇ ਚੱਲੋ। ਵਾਹਿਗੁਰੂ ਚੱਲਣ ਦੀ ਲੋੜ ਹੈਗੀ ਹੈ। ਬਿਲਕੁਲ ਉਸੀ ਗੱਲ ਨੂੰ ਇੱਥੇ ਪ੍ਰੀਤਮ ਸਿੰਘ ਜੀ ਹੁੰਦੇ ਵੀ ਕਹਿੰਦੇ ਹੋਏ ਨਜ਼ਰ ਆਏ। ਲੇਕਿਨ ਮੈਂ ਗੱਲ ਕੀਤੀ ਸੀ ਕਿ ਬੇਸਿਕ ਪ੍ਰਿੰਸੀਪਲ ਐਜੂਕੇਸ਼ਨ, ਹੁਣ ਮੈਂ ਤੁਹਾਨੂੰ ਜਿਸ ਸ਼ਖਸੀਅਤ ਨਾਲ ਮੁਖਾਤਿਬ ਕਰਾਉਣ ਜਾ ਰਿਹਾ, ਗੁਰਮੇਹ ਜੀ, ਇਹਨਾਂ ਨੇ ਬਹੁਤ ਕੋਸ਼ਿਸ਼ ਲਗਾਤਾਰ ਇਹਨਾਂ ਨੇ ਕੀਤੀ ਵੀ ਔਰ ਕਰਦੇ ਵੀ ਨੇ ਅੱਗੇ ਔਰ ਕਰਦੇ ਆ ਵੀ ਰਹੇ ਨੇ ਕਿ ਬੱਚਿਆਂ ਨੂੰ ਇੱਕ ਸਕੂਲ ਦੇ ਨਾਲ ਕਿਵੇਂ ਜੋੜਿਆ ਜਾ ਸਕੇ, ਇੱਕ ਬੇਸਿਕ ਐਜੂਕੇਸ਼ਨ ਜਿਹੜੀ ਹੈ ਉਹ ਕਿਵੇਂ ਦਿੱਤੀ ਜਾ ਸਕੇ, ਉਸ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ। ਗੁਰਮੇਹ ਜੀ ਮੇਰੇ ਨਾਲ ਮੌਜੂਦ ਨੇ ਜੋ ਕਿ ਸਾਬਕਾ ਪ੍ਰਧਾਨ ਵੀ ਰਹੇ ਨੇ ਗੁਰਦੁਆਰੇ ਦੇ ਔਰ ਮੁੱਖ ਮੈਂਬਰ ਵਜੋਂ ਸ਼ਮੂਲੀਅਤ ਵੀ ਰੱਖਦੇ ਹਨ, ਕੀ ਕੁਝ ਦੇਣਾ ਚਾਹੋਗੇ ਸੁਨੇਹਾ ਸੰਗਤ? ਸਾਡਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੋ 20 ਦਸੰਬਰ ਤੋਂ ਹੀ ਜਿਹੜੇ ਸਾਕਾ ਸਰਹੰਦ, ਸਾਕਾ ਚਮਕੌਰ ਸਾਹਿਬ ਪਰਿਵਾਰ ਵਿਛੋੜਾ ਜਿਹੜਾ ਹੈ ਉਹ ਇੱਥੇ ਮਨਾਇਆ ਜਾ ਰਿਹਾ ਹੈ, ਅਤੇ ਹਮੇਸ਼ਾ ਹੀ ਅਸੀਂ ਅਪੀਲ ਕੀਤੀ ਹੈ
कि अपने बच्चों को जरूर लेके आओ। तो जो मैं होर दूसरे न्यूज़ या इंडिया तो जड़िया भी न्यूज़ चैनल से उन्होंने सुनिया तो बड़े दिल में खिच पैंदी है कि जो असी इस्लाम धर्म दे विच देखते हाँ वो करबला की गल जी है अज भी जो इस्लाम उन्हों याद करते हैं तो वह पिट पिट के अपना खून कढ़ लेंदे हैं पर साडे साहिबजादियां दी शहीदियां हो जाण ते साडे अजे बच्चों नूं इस बारे पता ना होवे मैनूं लगता है कि ये कुछ कमजोरियां हन जां साडियां उस संस्थावां जिहड़ियां हन उहनां दे विच अजे प्रचार की कमी रही है। मैं जदों छोटा जिहा सी ते हमेशा घर दे विच साडी दादी जदों ये दिन आ जाते सन तो सानू कई कुछ उन्होंने कहना ये दिनों के पोह के दिनों असी यही करना वो नहीं करना खुशियां नहीं मनानिया तो उन्होंने कहना भी आ जाओ मैं तुहानू कहानियां सुनानी हाँ तो ये साहबजादे दी कहानियां उस समय साडी दादी ने सुना हमेशा सुनांदी सी सानू तो वह अजे भी याद हैं मैनू लगता है जां अजकल पेरेंट्स भी इस ते पहरा नहीं दे रहे। सानू चाहिए है कि जिहड़े भी पेरेंट्स अज सुन रहे हैं वो अपने बच्चों ये जिहड़ियां लसानी कुरबानियां सन सिख इतिहास दी जिहदे करके असीं अज सिख हाँ सिखी सरूप दे विच खड़े हाँ ये सिर्फ ते सिर्फ वो बच्चियां दीआं कुरबानियां करके हन। इस तों अपने बच्चों जरूर जाणू कराइए तो अपने जिहड़ी आने वाले जिहड़ी पीढ़ी है उसनू सिखी सरूप दे विच रहिण दी प्रेरणा जरूर करिए। तो नाल दी नाल मैं धन्नवाद करदा हाँ जस पंजाबी दा जिन्हां ने मेरी बेनती ते अज दा प्रोग्राम जिहड़ा है इस नूं रिकॉर्ड कीता है तो ये देश विदेश तक संगतों को पहुँचाएंगे। धन्नवाद करता हाँ पैनी भैन जी का जिन्होंने मैं बेनती की जिन्होंने मेरी बेनती मन के अज इत्थे आ के सारा कुछ प्रोग्राम जिहड़ा है देश दराड़े तक पहुँचाना है। मैं बेनती करांगा जिहड़े भी मेरे माई भाई इस प्रोग्राम देखण प्लीज़ वो अपने बच्चों थोड़ा थोड़ा जरूर सिखी के नेड़े लेके आउण। मैं बेनती करता होया खिमा दा जाचक हाँ वाहेगुरू जी का खालसा वाहेगुरू जी की फतेह। डोनेशन जो दें दसवंध कढ़ते हैं वो किन्ना का महत्वपूर्ण है जो अपन दसवंध कढ़ते हैं वो तो शुरू से अपनी गुरु महाराज रीत चलाई है तो चलती आ रही है चलती रहेगी ये ना बंद होनी है तो ना बंद हो ही सकती है। जिहड़ा उन्हें दुरवरतों करनी है वरतों करनी है वो असी यो कुछ करने जिहड़ा कि सही तरीके मतलब वरतों की जाए जिदा कोई मतलब संगत मतलब लंगर का खाण पीन का प्रोग्राम है असी ग्रोसरी कितों मंगानी है किदा की मंगानी है किदा राशन बना के देना किदा की बना नहीं बना के देना जां प्रचार चंगे चंगे जड़े ने असी मतलब गुरु घर मंगाने ता कि संगत गुरु घर ज़्यादा जुड़ सके सिक्खी सरूप नाल ज़्यादा जुड़ सके। असी सारे सारे धन्यवाद करते हैं जिन्ना कि अज छोटे साहबजादे का गुरु कैंप गुरमत कैंप लगा सी बच्चों बड़ा उत्साह से जिन्हें बड़ा अपनी बहादुरी के नाल गतका के जोर भी दिखाए आपने देखा भी है तो पूरा हफ्ता हिसाब न 100-150 बंदा तकरीबन हर रोज़ ही एवरीडे से आता रहा नाल पेरेंट्स भी बड़े धन्यवादी हैं जोड़े बच्चों उत्साह देंगे सिक्खी सरूप में जुड़ते हैं तो अपना टाइम कटते हैं तो अगर आने वाले जोड़े बच्चे ने जोड़े सिक्खी सरूप नहीं जुड़े उन्होंने प्रेरणा देंगे कि सिक्खी सरूप में जुड़ो ता कि कुछ ना कुछ तो बच्चे सिख जाएंगे दसों इन्ह शब्दों ही बोलता कोई गलती हो तो माफ करना वाहेगुरू का खालसा वाहेगुरू। तो हुण इस पूरे प्रोग्राम के अखीरले इस सैगमेंट के मैं तुहानूं हुण मुखातिब करान लग्या ज्ञानी जी मेरे नाल इस टाइम मौजूद ने जो कि बाबा मक्खन शाह लुबाणा सिख सरेंटर के ज्ञानी कुलवंत सिंह जी एस एम ए नाल मौजूद ने जानने की कोशिश करते हैं कि बच्चों को कितनी कु लोड़ हैगी है सिक्खी सिद्धांतों के नाल जोड़न दे लई और यह कि कुछ प्रचार करते हैं जब इस गुरद्वारा साहिब दे विच होंदे हन। वाहिगुरू जी का खालसा वाहिगुरू जी की फतेह। ये पावन स्थान एक ऐसा महान जगह बन चुकी है जिथे बाबा मक्खन शाह लुबाणा सिख सेंटर के अंदर हर साल की तरह ये बच्चे साढ़े को कैंप लगाते हैं बढ़ चढ़ के विद्या हासिल कर रहे हैं कीर्तन सीख रहे हैं गुरमत क्लासा ला रहे हैं क्योंकि यह धन गुरु गोबिंद सिंह महाराज की अपार बख्शिश हुई इन्होंने बच्चों से जिहड़े सिखी लिबास में आण के अपने माता पिता के भविख को उज्जल करने वास्ते अज दुनिया के अंदर उस मुकाम तक जा सकते हैं बच्चे जे अगर माता पिता इन्हें देखरेख करता रहा सिखी नाल जोड़िया रखा तो गुरु तेग बहादुर साहब जी दी बाणियां कहानियां इन्हां बच्चों सुनाते रहे कि उन्होंने परिवार ने यह सारा सरबंस कौम तो निशावर करके अपनी जिंदगी के सारे मुकाम पूर्ण करके ये बचन कहे सन सुखी बसै मोरो परिवार सेवक सिख सभे करतारा मैं सारिया दुख अपनी झोली में पवा के तुर जावगा पर मैं अपने सिखां नूं अपने भविख नूं दुनिया के अंदर उज्जल बना के संसार तो महान बना के जावगा। ये धन गुरु गोबिंद सिंह पिता की बदौलत अज असी झूल दे निशान साहब थले खलोते हुए हैं क्योंकि ये वो दर है जिस दर से हर संगतां बड़ी वड्डी तादाद विच एकत्र होंदियां ने हर ऐतवार ते शुक्रवार के भारी दीवान होंदे ने गुरु महाराज कृपा करन इत्थे जिहड़ा भी आउंदा है क्योंकि बाबा मक्खन शाह लुबाणे का नाम केवल गुरु तेग बहादुर साहब नाल जुड़िया जीवन है उन्हां दी अरदास की बदौलत ये दर अज दुनिया के अंदर सारी संसार विच प्रगट है।
ਨਿਊਯਾਰਕ ਦੀ ਧਰਤੀ 'ਤੇ ਆਉਣ ਵਾਲਾ ਇਸ ਦਰ 'ਤੇ ਨਤਮਸਤਕ ਹੋ ਕੇ ਜਾਂਦਾ ਹੈ। ਮੈਂ ਬੇਨਤੀ ਕਰਾਂ ਕਿ ਇੱਥੇ ਸੰਗਤਾਂ ਵੱਧ ਚੜ੍ਹ ਕੇ ਹਮੂਲੀਅਤ ਕਰ ਰਹੀਆਂ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ 'ਤੇ ਕਿਰਪਾ ਦ੍ਰਿਸ਼ਟੀ ਕਰਨ, ਸਾਰਿਆਂ ਨੂੰ ਸਿੱਖੀ ਸਿਧਾਂਤ ਨਾਲ ਜੋੜ ਕੇ ਆਪਣੇ ਚਰਨਾਂ ਦੀ ਧੂੜ ਮਸਤਕ ਨੂੰ ਬਖਸ਼ ਕੇ ਸਾਨੂੰ ਜੀਵਨ ਦਾਨ ਬਖਸ਼ਿਸ਼ ਕਰਨ। ਇਤਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹਾਂ, ਗੁਰਦੁਆਰਾ ਗ੍ਰੰਥੀ ਹੋਣ ਦੇ ਨਾਤੇ ਸਿੱਖਾਂ ਨੂੰ ਇਹ ਬੇਨਤੀ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨ ਧੂੜ ਮਸਤਕ ਨੂੰ ਲਾਉਣ ਦਾ ਤੁਸੀਂ ਸਾਰੇ ਯਤਨ ਕਰੋ। ਉਹਨਾਂ ਦੀ ਵੱਡੀਆਂ ਕੁਰਬਾਨੀਆਂ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਸਾਨੂੰ ਗਿਆਨੀ ਜੀ ਨੇ ਦੱਸਿਆ ਕਿ ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਵੱਖ ਵੱਖ ਪ੍ਰੋਗਰਾਮ ਹਨ ਉਹ ਹੁੰਦੇ ਹਨ, ਔਰ ਇੱਥੇ ਆਉਣ ਦੀ ਵੀ ਗੱਲ ਕਹਿ ਰਹੇ ਨੇ। ਜਿਹੜੀ ਸੰਗਤ ਇਸ ਟਾਈਮ ਸਾਨੂੰ ਵਾਚ ਕਰ ਰਹੀ ਹੈ, ਜਿਹੜੇ ਵਿਊਅਰ ਸਾਨੂੰ ਵੇਖ ਰਹੇ ਨੇ, ਉਹ ਕਹਿ ਰਹੇ ਨੇ ਕਿ ਜੇਕਰ ਤੁਸੀਂ ਨਿਊਯਾਰਕ ਦੀ ਧਰਤੀ ਦੇ ਉੱਤੇ ਆਉਂਦੇ ਹੋ ਤਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰਕੇ ਜਾ ਸਕਦੇ ਹੋ। ਅਤੇ ਨਾਲ ਅੱਜ ਅਸੀਂ ਕੋਸ਼ਿਸ਼ ਕੀਤੀ ਪ੍ਰਬੰਧਕਾਂ ਨਾਲ ਤੁਹਾਨੂੰ ਮੁਖਾਤਿਬ ਕਰਾਉਣ ਦੀ, ਵਿਦਿਆਰਥੀਆਂ ਦੇ ਨਾਲ ਮੁਖਾਤਿਬ ਕਰਾਉਣ ਦੀ। ਗੱਤਕਾ ਖੇਡ ਕੇ ਜੋ ਉਹਨਾਂ ਨੇ ਅੱਜ ਜ਼ੋਹਰ ਵਿਖਾਇਆ, ਉਹਨਾਂ ਨੇ ਗੱਲ ਵੀ ਕਹੀ ਕਿ ਅਸੀਂ ਦਸ਼ਮੇਸ਼ ਪਿਤਾ ਦੇ ਵਾਰਿਸ ਹੈਗੇ ਹਾਂ, ਉਹਨਾਂ ਦੀ ਅਸੀਂ ਕੌਮ ਤੋਂ ਹਾਂ, ਉਹਨਾਂ ਦੇ ਅਸੀਂ ਪੁੱਤਰ ਹਾਂ, ਅਤੇ ਵੱਖ ਵੱਖ ਜਿਹੜੇ ਪ੍ਰਤੀਕਰਮ ਸੀਗੇ ਉਹ ਬੱਚਿਆਂ ਵੱਲੋਂ ਪ੍ਰਬੰਧਕਾਂ ਵੱਲੋਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਹੀ ਗਈ। ਅਤੇ ਕਹਿਣ ਦਾ ਭਾਵ ਹੈ ਕਿ ਇਸ ਵਿਰਾਸਤ ਨੂੰ ਹੁਣ ਸਾਂਭ ਕੇ ਕਿਵੇਂ ਰੱਖਣਾ, ਅਤੇ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ, ਇਸ ਮੁਹਿੰਮ ਦੇ ਜ਼ਰੀਏ ਜੋ ਕਿ ਜਸ ਪੰਜਾਬੀ ਨੇ ਸ਼ੁਰੂ ਕੀਤੀ ਹੈ ਕਿ ਅਸੀਂ ਵੱਖ ਵੱਖ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਾ ਕੇ ਤੁਹਾਡੀਆਂ ਜਿਹੜੀ ਗੱਲਾਂ ਹਨ ਉਹ ਅਸੀਂ ਜ਼ਰੂਰ ਹੋਰ ਸੰਗਤ ਦੇ ਹੋਰ ਸੰਗਤ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲ ਸਕੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕਿਹੜੀ ਕਿਹੜੀ ਗੱਲਾਂ ਆਖਿਰ ਹੋ ਰਹੀਆਂ ਹਨ। ਜਿਵੇਂ ਜ਼ਮੀਨੀ ਪੱਧਰ 'ਤੇ ਅੱਜ ਅਸੀਂ ਆ ਕੇ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਇਹਨਾਂ ਗੱਲਾਂ ਨੂੰ ਅਸੀਂ ਵਾਕਈ ਅਹਿਸਾਸ ਵੀ ਕੀਤਾ, ਅਤੇ ਨਾਲ ਅਸੀਂ ਵੇਖਣ ਦੀ ਵੀ ਕੋਸ਼ਿਸ਼ ਕੀਤੀ, ਔਰ ਵਾਕਈ ਹੀ ਉਹਨਾਂ ਸਾਰੀ ਗੱਲਾਂ ਨੂੰ ਅਮਲੀ ਜਾਮਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਨਾਇਆ ਜਾ ਰਿਹਾ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ, ਵੀਡੀਓ ਜਰਨਲਿਸਟ ਦਲਵੀਰ ਸਿੰਘ ਦੇ ਨਾਲ, ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ, ਨਿਊਯਾਰਕ, ਜਸ ਪੰਜਾਬੀ ਦੇ ਲਈ।